ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਭ ਦੀ ਖਬਰ ਲਏ, ਸਭ ਨੂੰ ਖਬਰ ਦੇ, ਖਬਰਾਂ ਦੀ ਖਬਰ, ਇਹ ਇਸ ਪ੍ਰੋਗਰਾਮ ਦਾ ਮਕਸਦ ਹੈ, ਉਦੇਸ਼ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ, ਘਟਨਾ ਚੱਕਰ, ਉਹ ਜਿਹੜੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਬਾਅਦ ਵਿੱਚ ਖਬਰਾਂ ਬਣਦੀਆਂ, ਔਰ ਖਬਰਾਂ ਤੋਂ ਇਤਿਹਾਸ, ਔਰ ਜਿਸ ਨਾਲ ਸਾਡਾ ਸੰਬੰਧ ਹੁੰਦਾ ਹੈ, ਅਸੀਂ ਉਹਨਾਂ ਦੇ ਉੱਤੇ ਬਹੁਤ ਤਿੱਖੀ ਪਰ ਛੋਟੀ ਜਿਹੀ ਚਾਤ ਜ਼ਰੂਰ ਮਾਰਾਂਗੇ, ਔਰ ਉਹ ਆਪ ਨਾਲ ਖਬਰਾਂ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਜਿਹੜਾ ਮੁੱਖ ਮੁੱਦਾ ਹੈ, ਉਹ ਬਿਲਾ ਸ਼ੁਬਾ ਬਗੈਰ ਕਿਸੇ ਸ਼ੱਕ ਦੇ ਜੋ ਇਸ ਵੇਲੇ ਸਭ ਤੋਂ ਮੁੱਖ ਬਹਿਸ ਦਾ ਵਿਸ਼ਾ, ਔਰ ਜਿਸਨੇ ਸਾਰੇ ਵਾਤਾਵਰਣ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ, ਉਹ ਹੈ ਭ੍ਰਿਸ਼ਟਾਚਾਰ ਦਾ ਮੁੱਦਾ। ਉਸ ਦੇ ਉੱਤੇ ਅਸੀਂ ਗੱਲ ਕਰਾਂਗੇ, ਔਰ ਕੋਸ਼ਿਸ਼ ਕਰਾਂਗੇ ਕਿ ਸੀਨੀਅਰ ਪੱਤਰਕਾਰ ਅਗਰ ਸਾਡੇ ਨਾਲ ਜੁੜ ਸਕਣ ਤਾਂ ਉਹ ਇਸ ਮਾਮਲੇ ਦੇ ਉੱਤੇ, ਪੰਜਾਬ ਦੇ ਉੱਤੇ ਇਸ ਦਾ ਕੀ ਅਸਰ ਹੈ, ਪੰਜਾਬ ਨਾਲ ਇਸ ਮਸਲੇ ਦਾ ਕੀ ਤਲਕ ਹੈ, ਔਰ ਪੰਜਾਬ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਪਰ ਸਭ ਤੋਂ ਅਹਿਮ ਜੋ ਇਸ ਸਾਰੇ ਪ੍ਰੋਗਰਾਮ ਦਾ ਮਕਸਦ ਹੈ, ਉਹ ਹੈ ਤੁਹਾਡੇ ਵਿਚਾਰ। ਸਾਡੀ ਜ਼ਰੂਰ ਭਰਪੂਰ ਕੋਸ਼ਿਸ਼ ਹੋਏਗੀ ਕਿ ਉਸ ਬਾਰੇ ਤੁਸੀਂ ਔਰ ਤੁਹਾਡੇ ਵਿਚਾਰ ਜ਼ਰੂਰ ਸਾਂਝੇ ਕੀਤੇ ਜਾਣ। ਸਭ ਤੋਂ ਪਹਿਲਾਂ ਜਿਹੜੀ ਸੁਰਖੀ ਬਹੁਤ ਹੀ ਅਫਸੋਸਨਾਕ ਹੈ, ਔਰ ਅਫਸੋਸਨਾਕ ਇਸ ਕਰਕੇ ਵੀ ਹੈ ਕਿ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਵਾਰ ਵਾਰ ਐਸੀਆਂ ਦਿਲ ਦੁਖਾਊ ਘਟਨਾਵਾਂ ਵਾਪਰਦੀਆਂ ਹਨ, ਉਹ ਵੀ ਪੰਜਾਬ ਦੇ ਵਿੱਚ, ਔਰ ਇਹ ਲਗਾਤਾਰ ਇਹਨਾਂ ਵਿੱਚ ਵਾਧਾ ਹੋ ਰਿਹਾ। ਉਹ ਹੈ ਮੋਰਿੰਡੇ ਦੇ ਵਿੱਚ, ਊਧਮਪੁਰ ਪਿੰਡ ਵਿੱਚ, ਕਿਸੇ ਗੁਰਦੁਆਰਾ ਸਾਹਿਬ ਤੋਂ ਪੰਜ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਛ ਸ਼ਰਾਰਤੀ ਅਨਸਰ ਲੈ ਗਏ, ਖੂਹ ਵਿੱਚ ਸੁੱਟ ਕੇ, ਔਰ ਉਹਨਾਂ ਦੇ ਉੱਤੇ ਸ਼ਰਾਬ ਦੀਆਂ ਬੋਤਲਾਂ ਸੁੱਟੀਆਂ। ਹਾਲਾਂ ਪੁਲਿਸ ਨੇ ਕਾਰਵਾਈ ਕੀਤੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਦੇ ਉੱਤੇ SSP ਨੂੰ ਫੋਨ ਕਰਕੇ ਔਰ ਤੁਰੰਤ ਕਾਰਵਾਈ ਕਰਨ ਲਈ ਕਿਹਾ, ਪਰ ਚਾਰੇ ਪਾਸੇ ਇਸ ਦਾ ਪ੍ਰੋਟੈਸਟ ਹੋ ਰਿਹਾ ਹੈ, ਔਰ ਇਸ ਦੇ ਉੱਤੇ ਕਾਫੀ ਇਤਰਾਜ਼ ਔਰ ਮੁਜ਼ਾਹਰੇ ਕੀਤੇ ਜਾ ਰਹੇ ਹਨ। ਲਾਹੌਰ ਵਿੱਚ ਵੀ ਸਥਾਨਕ ਸਿੱਖਾਂ ਨੇ ਇਸ ਦੇ ਬਾਰੇ ਇਹਤਜਾਜ ਕੀਤਾ, ਪਰ ਇਹਨਾਂ ਸਾਰਿਆਂ ਦੇ ਪਿੱਛੇ ਜਿਹੜਾ ਕਾਰਨ ਹੈ, ਉਸ ਦੇ ਵੱਲ ਹਾਲੇ ਤੱਕ ਕੋਈ ਨਿੱਗਰ ਉਪਾਅ ਨਹੀਂ ਕੀਤਾ ਗਿਆ। ਕਹਿਣ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਗੁਰੂ ਗ੍ਰੰਥ ਸਾਹਿਬ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਇੱਕ ਲਿਵਿੰਗ ਗੁਰੂ ਦਾ ਰੁਤਬਾ ਰੈਕੋਗਨਾਈਜ਼ ਕੀਤਾ ਹੋਇਆ। ਰੁਤਬਾ ਦੇ ਨਹੀਂ ਸਕਦੇ, ਉਹ ਤਾਂ ਵਾਹ ਵਾਹ ਬਾਣੀ ਨਿਰੰਕਾਰ ਹੈ, ਆਪ ਨਿਰੰਕਾਰ ਦਾ ਸਰੂਪ ਹੈ। ਹਾਂ, ਉਸ ਨੂੰ ਉਹਨਾਂ ਨੇ ਸੁਪਰੀਮ ਕੋਰਟ ਆਫ ਇੰਡੀਆ ਨੇ ਤਸਲੀਮ ਕੀਤਾ, ਮੰਨਿਆ ਹੈ ਕਿ ਇਹ ਇੱਕ ਲਿਵਿੰਗ ਗੁਰੂ ਹੈ, ਲਿਵਿੰਗ ਐਂਟੀਟੀ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਵੀ ਕਾਨੂੰਨ ਬਣਾਇਆ, ਔਰ ਗੁਰੂ ਗ੍ਰੰਥ ਸਾਹਿਬ ਦੀ ਅਗਰ ਕੋਈ ਨਿਰਾਦਰੀ ਕਰਦਾ ਹੈ, ਉਸ ਦੇ ਉੱਤੇ ਵਿਸ਼ੇਸ਼ ਹਨਨ ਦਾ, ਉਹਦੇ ਉੱਤੇ ਸਜ਼ਾ ਦਾ ਮਾਮਲਾ ਵੀ ਹੈ। ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਵੀ ਦੇ ਦਿੱਤੇ ਕਿ ਉਹਨਾਂ ਦੇ ਬਿਨਾਂ ਕੋਈ ਇਸ ਨੂੰ ਹੋਰ ਛਾਪਣ ਦਾ ਹੀਆ ਨਾ ਕਰੇ। ਪਰ ਦੋਨੋਂ ਗੱਲਾਂ ਦੂਸਰੇ ਪਾਸੇ ਜਿਤਨੀ ਖੁੱਲ੍ਹ ਦਿਲੀ ਦੇ ਨਾਲ
ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਥਾਂ ਥਾਂ ਦੇ ਉੱਤੇ ਡੇਰੇ ਸੰਪਰਦਾਵਾਂ ਔਰ ਸੰਸਥਾਵਾਂ, ਭਾਵੇਂ ਉਹ ਨੂਰ ਮਹਿਲੀਏ ਹੋਣ, ਭਾਵੇਂ ਉਹ ਡੇਰੇ ਵਾਲੇ, ਸੌਦੇ ਵਾਲੇ, ਪਨਿਆਰੇ ਵਾਲੇ ਜਾਂ ਨਾਮਧਾਰੀ ਦਰਬਾਰ ਵੀ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਕੇ ਉਹਦੇ ਬਾਰੇ ਕਿਤਾਬਾਂ ਤੱਕ ਵੀ ਛਪਵਾਉਂਦੇ ਹਨ। ਇਹ ਇੱਕ ਬਹੁਤ ਹੀ ਗੰਭੀਰ ਹੈ, ਪਰ ਇਸ ਦੇ ਵਿੱਚ ਸਭ ਤੋਂ ਗੰਭੀਰ ਔਰ ਬਿਨਾਂ ਸ਼ੱਕ ਉਹ ਇਹ ਹੈ ਕਿ ਸਾਰੀਆਂ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਡੇਰਿਆਂ ਤੋਂ, ਇਹਨਾਂ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀਆਂ ਤੋਂ ਵੋਟਾਂ ਮੰਗਣ ਲਈ ਗੋਡਿਆਂ ਪਾਰ ਹੋ ਕੇ ਇਹਨਾਂ ਦੇ ਡੇਰਿਆਂ ਦੇ ਉੱਤੇ ਉਹਨਾਂ ਨੂੰ ਉਹਨਾਂ ਦੀ ਹਾਜ਼ਰੀ ਲੱਗਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਨੇ ਹਰ ਸਿੱਖ ਨੂੰ ਔਰ ਹਰ ਪਾਰਟੀ ਨੂੰ, ਉਹਨਾਂ ਦੇ ਸਿੱਖ ਮੈਂਬਰਾਂ ਨੂੰ ਹੁਕਮਨਾਮਾ ਜਾਰੀ ਕਰਕੇ ਤਾਕੀਦ ਵੀ ਕੀਤੀ ਹੈ ਕਿ ਜਿਹੜੇ ਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਹੁੰਦੀ ਹੋਏ ਜਾਂ ਗੁਰੂ ਕਰਕੇ ਉਹਦਾ ਸਤਿਕਾਰ ਨਾ ਹੁੰਦਾ ਹੋਏ ਜਾਂ ਕਿਸੇ ਹੋਰ ਨੂੰ ਗੁਰੂ ਮੰਨ ਕੇ ਮੰਨਿਆ ਜਾਂਦਾ ਹੋਏ, ਉਸ ਥਾਂ 'ਤੇ ਕੋਈ ਨਾ ਜਾਏ। ਇਸ ਹੁਕਮਨਾਮੇ ਦੀ ਪਾਬੰਦੀ, ਇਸ ਹੁਕਮਨਾਮੇ ਦੀ ਪਾਲਣਾ ਸਾਰੀਆਂ ਪਾਰਟੀਆਂ ਕਰ ਰਹੀਆਂ ਹਨ, ਪਰ ਕਿਸ ਤਰੀਕੇ ਨਾਲ, ਇਸ ਦੀ ਹੁਕਮ ਅਦੂਲੀ ਕਰਕੇ। ਇਹ ਬਹੁਤ ਹੀ ਗੰਭੀਰ ਔਰ ਸੋਚਣ ਵਾਲਾ ਵਿਸ਼ਾ ਹੈ। ਇਸ ਦੇ ਨਾਲ ਹੀ ਜਿਹੜੀਆਂ ਕਮੇਟੀ ਹੈ ਉਹਨਾਂ ਦਾ ਵੀ ਫਰਜ਼ ਹੈ ਕਿ ਹਰ ਗੁਰਦੁਆਰੇ ਦੇ ਪ੍ਰਬੰਧਕ ਦਾ ਇਹ ਫਰਜ਼ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਪ੍ਰਕਾਸ਼ ਹੈ, ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਹੈ, ਉਸ ਦੀ ਹਿਫਾਜ਼ਤ ਬਿਲਕੁਲ ਠੀਕ ਤਰੀਕੇ ਨਾਲ ਕਰਨ, ਜਿਵੇਂ ਆਪਣੇ ਕਿਸੇ ਕੀਮਤੀ ਚੀਜ਼ ਦੀ ਕਰਦੇ ਹਨ, ਉਸਨੂੰ ਲੁੱਗਾ ਨਾ ਛੱਡਿਆ ਜਾਏ। ਇਹ ਪਹਿਲੀ ਗੰਭੀਰ ਖਬਰ ਸੀ। ਦੂਸਰੀ ਖਬਰ ਹੈ ਕਿ ਮਮਤਾ ਬੈਨਰਜੀ ਨੇ, ਸਰਕਾਰ ਨੇ ਇੱਕ ਮਸੌਦਾ ਲਿਆਂਦਾ ਸਾਰੀਆਂ ਪਾਰਟੀਆਂ ਨੇ ਮਿਲ ਕੇ, ਔਰ ਵੈਸਟ ਬੰਗਾਲ, ਪੱਛਮ ਬੰਗਾਲ ਜਿਹੜਾ ਨਾਂ ਸੀ ਸੂਬੇ ਦਾ, ਉਸਦਾ ਨਾਂ ਬਦਲ ਕੇ ਉਹਨਾਂ ਨੇ ਪੱਛਮ ਬੰਗਾਲ ਕਰਨ ਦਾ, ਪੱਛਮ ਬੰਗੋ ਕਰਨ ਦਾ ਕੱਲ੍ਹ ਫੈਸਲਾ ਕੀਤਾ ਹੈ। 1999 ਵਿੱਚ ਵੀ ਪਹਿਲਾਂ ਇੱਕ ਵਾਰ ਮਤਾ ਪਾਸ ਹੋਇਆ ਸੀ ਬੰਗਲਾ, ਪਰ ਉਹ ਕੇਂਦਰ ਵਿੱਚ ਜਾ ਕੇ, ਦਿੱਲੀ ਵਿੱਚ ਜਾ ਕੇ ਪਾਸ ਨਹੀਂ ਹੋ ਸਕਿਆ। ਇਸ ਦੇ ਨਾਲ ਹੋਰ ਹੋਏ ਨਾ ਹੋਏ ਕੁਛ, ਪਰ ਇੱਕ ਗੱਲ ਨਿਸ਼ਚਿਤ ਹੈ ਕਿ ਬੰਗਾਲ ਦੇ ਖਜ਼ਾਨੇ 'ਤੇ ਬਹੁਤ ਅਸਰ ਪਏਗਾ। ਗੱਡੀਆਂ ਦੀਆਂ ਨੰਬਰ ਪਲੇਟਾਂ ਬਦਲਣੀਆਂ ਪੈਣਗੀਆਂ, ਕਿਉਂਕਿ ਉਹ ਸੂਬੇ ਦੇ ਉਸ ਨਾਂ ਦੇ ਆਧਾਰਿਤ ਹੁੰਦੀਆਂ ਹਨ, ਜਿਵੇਂ ਪੰਜਾਬ ਦੀਆਂ ਪੀ ਦੇ ਨਾਲ ਹੁਣ ਬੰਗਾਲ ਦੀਆਂ ਜਿਹੜੀਆਂ ਪਲੇਟਾਂ ਹਨ ਉਹ ਵੀ ਪੀ ਨਾਲ ਹੋਣਗੀਆਂ, ਟ੍ਰੈਜ਼ਰੀ ਦੇ ਔਰ ਸਾਰੇ ਕੁਛ ਜਿਹੜਾ ਹੈ ਉਹ ਤਬਦੀਲ ਹੋਏਗਾ। ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਜਿਹੜਾ ਵੈਸਟ ਬੰਗਾਲ ਹੈ ਇਹ ਅੰਗਰੇਜ਼ੀ ਨਾਂ ਹੈ, ਹਾਲਾਂ ਜੋਤੀ ਬਾਸੂ ਨੇ ਇਸ ਤੋਂ ਪਹਿਲਾਂ ਅੰਗਰੇਜ਼ੀ ਦੇ ਉੱਤੇ ਪਾਬੰਦੀ ਲਗਾਈ ਸੀ ਪ੍ਰਾਇਮਰੀ ਸਕੂਲਾਂ ਵਿੱਚ, ਔਰ ਇਹਨਾਂ ਦਾ ਕਹਿਣਾ ਹੈ ਕਿ ਇਹ ਅੰਗਰੇਜ਼ਾਂ ਦੀ ਦੇਣ ਹੈ, ਇਸ ਕਰਕੇ ਅਸੀਂ ਇਹ ਨਾਂ ਸਾਨੂੰ ਪ੍ਰਵਾਨ ਨਹੀਂ। ਪਰ ਇਹ ਦਿਲਚਸਪੀ ਦਾ ਇੱਕ ਬੜੀ ਜਾਣਕਾਰੀ ਦਿਲਚਸਪ ਹੋਏਗੀ ਕਿ ਜਿਹੜਾ ਓਰਿਜਿਨਲ ਨਾਂ ਹੈ, ਜਿਹੜਾ ਪਹਿਲਾ ਨਾਂ ਹੈ, ਉਹ ਬੰਦੋਪਾਧਿਆਏ, ਮੁਖੋਪਾਧਿਆਏ ਅਤੇ ਚਟੋਪਾਧਿਆਏ ਸੀ। ਅੰਗਰੇਜ਼ਾਂ ਦੇ ਆਉਣ ਕਰਕੇ ਉਹਨਾਂ ਦੇ ਨਾਂ ਬਦਲ ਕੇ ਬੈਨਰਜੀ, ਮੁਖਰਜੀ ਅਤੇ ਚੈਟਰਜੀ ਹੋ ਗਏ। ਹੁਣ ਕੀ ਫਿਰ ਦੀਦੀ ਮਮਤਾ ਬੈਨਰਜੀ ਵੀ ਆਪਣਾ ਨਾਂ
ਮੁਖੋਪਾਧਿਆਏ ਜਾਂ ਬੈਨਰਜੀ ਤੋਂ ਬੰਦੋਪਾਧਿਆਏ ਕਰ ਲੈਣਗੇ, ਇਹ ਇੱਕ ਬੜੀ ਨਵੀਂ ਗੱਲ ਹੋਏਗੀ। ਪਰ ਜਗ੍ਹਾ ਦੇ ਨਾਂ ਬਦਲਣ ਦਾ ਇਹ ਸਿਲਸਿਲਾ, ਜਿਵੇਂ ਬੰਬਈ ਦਾ ਮੁੰਬਈ, ਮਦਰਾਸ ਦਾ ਚੇਨਈ ਹੋ ਗਿਆ, ਔਰ ਮੰਗ ਕੀਤੀ ਜਾ ਰਹੀ ਹੈ ਦਿੱਲੀ ਦਾ ਨਾਂ ਵੀ ਹਸਤਿਨਾਪੁਰ ਕੀਤਾ ਜਾਏ। ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਮੁੜ ਹਾਜ਼ਰ ਹੋਵਾਂਗੇ ਔਰ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਮੁੱਖ ਮੁੱਦੇ ਦੇ ਉੱਤੇ ਆਪ ਨਾਲ ਆਪਣੇ ਮਹਿਮਾਨ ਨਾਲ ਗੱਲ ਕਰ ਸਕੀਏ। ਇੱਕ ਬ੍ਰੇਕ। ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਸ ਮੁੱਦੇ ਨੇ ਸਾਰੇ ਦੇਸ਼ ਨੂੰ ਆਪਣੀ ਲਪੇਟ ਵਿੱਚ, ਆਪਣੀ ਚਪੇਟ ਵਿੱਚ ਇੱਕ ਸੈਲਾਬ ਬਣ ਕੇ ਲੈ ਲਿਆ ਹੈ, ਉਹ ਹੈ ਭ੍ਰਿਸ਼ਟਾਚਾਰ ਦਾ। ਭ੍ਰਿਸ਼ਟਾਚਾਰ ਇੱਕ ਐਸਾ ਨਾਸੂਰ ਹੈ ਔਰ ਉਸ ਦੇ ਵਿੱਚ ਨਾ ਤਾਂ ਕੋਈ ਇਸ ਦੇ ਵਿੱਚੋਂ ਕੋਈ ਪਾਰਟੀ ਬਚ ਸਕੀ ਹੈ, ਨਾ ਇਸ ਦੇ ਵਿੱਚੋਂ ਕੋਈ ਦਲ ਬਚਿਆ ਹੈ, ਨਾ ਹੀ ਅਗਰ ਇਹ ਕਹਿ ਲਿਆ ਜਾਏ ਕੋਈ ਵੀ ਵਿਅਕਤੀ ਜਿਹੜਾ ਦੇਸ਼ ਵਿੱਚ ਵਸ ਰਿਹਾ ਹੈ ਉਹ ਇਸ ਦੇ ਮਾਰ ਤੋਂ ਬਚ ਸਕਿਆ। ਕਿਧਰੇ ਨਾ ਕਿਧਰੇ ਉਸ ਨੂੰ ਇਸ ਦੇ ਨਾਲ ਸਮਝੌਤਾ ਕਰਨਾ ਹੀ ਪੈਂਦਾ ਹੈ। ਪਰ ਸ਼ੁਰੂ ਦੇ ਵਿੱਚ ਕੇਵਲ ਚੋਕੇ ਹੁਕਮਰਾਨ, ਕੇਵਲ ਕਾਂਗਰਸ ਸੀ, ਇਸ ਕਰਕੇ ਇਲਜ਼ਾਮ ਉਹਨਾਂ ਦੇ ਉੱਤੇ ਲੱਗਦਾ ਸੀ। ਬਹੁਤ ਪਹਿਲੇ ਇੱਕ ਰਣਜੀਤ ਨਗਾਰਾ ਅਖਬਾਰ ਨਿਕਲਦਾ ਸੀ, ਦੁਰਲੱਭ ਸਿੰਘ ਅਖਬਾਰ ਕੱਢਦੇ ਸੀ 1950 ਦੇ ਕਰੀਬ। ਉਹਨਾਂ ਨੇ ਲਿਖਿਆ ਸੀ ਕਿ ਚੋਰ ਅਤੇ ਕਾਂਗਰਸੀ 'ਚ ਕੀ ਫਰਕ ਹੈ, ਤਾਂ ਕਹਿਣ ਲੱਗੇ ਚੋਰ ਚੋਰੀ ਕਰਦਾ ਜੇਲ੍ਹ ਜਾਂਦਾ, ਪਰ ਕਾਂਗਰਸੀ ਜੇਲ੍ਹ ਜਾਂਦਾ ਫਿਰ ਚੋਰੀ ਕਰਦਾ। ਪਰ ਹੁਣ ਤਾਂ ਨਾ ਕਾਂਗਰਸ, ਨਾ ਅਕਾਲੀ, ਨਾ ਭਾਰਤੀ ਜਨਤਾ ਪਾਰਟੀ, ਨਾ ਕਮਿਊਨਿਸਟ, ਕੋਈ ਵੀ ਇਸ ਦੇ ਤੋਂ ਨਹੀਂ ਬਚ ਸਕਿਆ। ਹੁਣ ਤਾਂ ਸਾਰੇ ਹੀ ਇੱਕੋ ਰੰਗ ਵਿੱਚ ਰੰਗੇ ਗਏ ਹਨ। ਜੇਕਰ ਪੰਜਾਬ ਦੀ ਗੱਲ ਕਰੀਏ, ਜੇ ਦਾਸ ਕਮਿਸ਼ਨ ਆਇਆ ਜਿਹਨੇ ਪ੍ਰਤਾਪ ਸਿੰਘ ਕੈਰੋਂ ਨੂੰ, ਉਹਨਾਂ ਦੇ ਉੱਤੇ ਦੋਸ਼ ਸਾਬਤ ਹੋਏ, ਜੇ ਛੰਗਾਨੀ ਕਮਿਸ਼ਨ ਆਇਆ, ਭਾਵੇਂ ਪੰਜਾਬ ਹੋਏ ਜਾਂ ਕੋਈ ਹੋਰ ਸੂਬਾ ਹੋਏ, ਪਰ ਅੱਜ ਪੰਜਾਬ ਸਰਕਾਰ ਜਿਹੜੀ ਹਕੂਮਤ ਕਰ ਰਹੀ ਹੈ ਉਹਨਾਂ ਨੇ ਵੀ ਅੰਨਾ ਹਜ਼ਾਰੇ ਦੀ ਖੁੱਲ੍ਹ ਕੇ ਮਦਦ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਦੀ ਜਦੋ ਜਹਿਦ ਦੇ ਵਿੱਚ ਸ਼ਾਮਿਲ ਹਨ। ਕਿਤਨਾ ਕੁ ਸਾਰਥਕ ਹੈ, ਕਿਤਨਾ ਕੁ ਜੈਨੂਇਨ ਹੈ, ਆਪਣੀ ਹੀ ਸਰਕਾਰ ਦੇ ਖਿਲਾਫ ਆਪ ਆਪਣੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਮੁਜ਼ਾਹਰੇ ਕਰਨੇ, ਸਾਨੂੰ ਖੁਸ਼ੀ ਹੈ। ਸੀਨੀਅਰ ਪੱਤਰਕਾਰ ਟਾਈਮਜ਼ ਆਫ ਇੰਡੀਆ ਦੇ ਚੰਡੀਗੜ੍ਹ ਤੋਂ ਰਮਨਿੰਦਰ ਕੌਰ ਭਾਟੀਆ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਹਨ ਔਰ ਜਿਹੜੇ ਇਸ ਸਾਰੇ ਮਸਲੇ ਦੇ ਉੱਤੇ ਆਪ ਨੂੰ ਭਰਪੂਰ ਜਾਣਕਾਰੀ ਦੇਣਗੇ। ਰਮਨਿੰਦਰ ਜੀ, ਜਸ ਪੰਜਾਬੀ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਔਰ ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਰਮਨਿੰਦਰ ਜੀ, ਇਹ ਜੋ ਦੇਖ ਰਹੇ ਹੋ ਕਿ ਲੋਕਪਾਲ ਬਿੱਲ, ਮੁੱਦਾ ਇੱਕ ਹੈ ਕਿ ਲੋਕਪਾਲ ਬਿੱਲ ਨੂੰ ਇੱਕ ਵਾਕਈ ਸਖਸ਼ਮ ਔਰ ਆਪਣੇ ਤਿੱਖੇ ਦੰਦਾਂ ਸਮੇਤ ਉਸਨੂੰ ਦੇਣੀ ਚਾਹੀਦੀ ਹੈ ਤਾਕਤ, ਪੰਜਾਬ ਸਰਕਾਰ ਵੀ ਹੁਣ ਉਹਨਾਂ ਦੇ ਨਾਲ ਖੜੀ ਹੈ। ਕੀ ਇਹ ਸਿਰਫ ਹਵਾ ਦੇ ਵੇਗ ਨੂੰ ਦੇਖ ਕੇ ਉਹਨਾਂ ਦੇ ਨਾਲ ਖੜੇ ਹੋਏ ਹਨ ਜਾਂ ਜੈਨੂਇਨਲੀ ਗੰਭੀਰਤਾ ਦੇ ਨਾਲ ਉਹਦੀ ਮਦਦ ਕਰ ਰਹੇ ਹਨ ਔਰ ਪੰਜਾਬ ਦੇ ਵਿੱਚ ਵੀ ਲੋਕਪਾਲ ਬਿੱਲ ਹੈ
ਉਸਦੀ ਕੀ ਲੋਕਪਾਲ ਹੈ, ਪਰ ਉਹਦਾ ਅਹੁਦਾ ਕੀ ਹੈ, ਇਸ ਸਾਰੇ ਮਸਲੇ ਨੂੰ ਤੁਸੀਂ ਜੇ ਸਾਡੇ ਦਰਸ਼ਕਾਂ ਨੂੰ ਅਗਰ ਜਾਣਕਾਰੀ ਦੇ ਸਕੋ ਕਿ ਇਹ ਕਿੱਥੇ ਤੱਕ ਇਹ ਸਾਰਾ ਸਹੀ ਜੈਨੂਇਨ ਹੈ ਔਰ ਕਿੱਥੇ ਤੱਕ ਕੇਵਲ ਸ਼ੈਮ ਹੈ। ਜੀ ਪੰਜਾਬ ਚ ਲੋਕਪਾਲ ਹੈਗਾ ਜੀ, ਪਿਛਲੇ 5 ਸਾਲਾਂ ਚ 203 ਕੇਸਸ ਦੇ ਕਰੀਬ ਇਹਨੇ ਡਿਸਾਈਡ ਕੀਤੇ ਹੈਗੇ ਨੇ ਜੀ, ਬਟ ਆਈ ਐਕਸਪੈਕਟਡ ਐਕਸ਼ਨ ਮੈਂ ਕਦੇ ਸੁਣਿਆ ਨਹੀਂ ਜੀ ਕਿਸੇ ਵੀ ਕੇਸ ਦੇ ਉੱਪਰ ਹੋਇਆ ਹੋਏ, ਬਿਕੋਜ਼ ਜਨ ਲੋਕਪਾਲ ਓਨਲੀ ਹੈਜ਼ ਓਨਲੀ ਇਜ਼ ਅ ਰਿਕਮੈਂਡੇਟਰੀ ਬੋਡੀ ਇਨ ਨੇਚਰ ਜੀ, ਇਟ ਡਜ਼ਨਟ ਐਕਟ। ਸੋ ਇਸ ਕਰਕੇ ਗਵਰਨਮੈਂਟ ਦੇ ਉੱਪਰ ਡਿਪੈਂਡ ਕਰਦਾ ਹੈ, ਗਵਰਨਰ ਦੇ ਉੱਪਰ ਡਿਪੈਂਡ ਕਰਦਾ ਵੀ ਉਹ ਇਹਦੇ ਉੱਤੇ ਐਕਸ਼ਨ ਲੈਣ ਜਾਂ ਨਾ ਲੈਣ। ਔਰ ਲੋਕਾਂ ਨੂੰ ਯਾਦ ਹੀ ਹੋਏਗਾ 1998 ਚ ਜਦ ਉਸ ਵੇਲੇ ਦੇ ਪੰਜਾਬ ਲੋਕਪਾਲ ਹੈਗੇ ਸਨ ਹਰਬੰਸ ਸਿੰਘ ਰਾਏ ਜੀ, ਹੀ ਇੰਡਾਈਟਿਡ 4 ਫਾਰਮਰ ਸੀਨੀਅਰ ਕਾਂਗਰਸ ਮਿਨਿਸਟਰਸ, ਜਿਨ੍ਹਾਂ ਚ ਲਾਸਟ ਸਨ ਸ਼ਮਸ਼ੇਰ ਸਿੰਘ ਦੁੱਲੋ ਸੀ, ਮਾਨਮੋਹਨ ਸ਼ਰਮਾ ਤੇ ਜਗੀਰ ਸਿੰਘ ਜੀ, ਔਰ ਇਹਨਾਂ ਨੂੰ ਲੋਕਪਾਲ ਨੇ ਹੀ ਫਾਊਂਡ ਦੈਮ ਗਿਲਟੀ ਆਫ ਇੰਡਲਜਿੰਗ ਕਰਪਸ਼ਨ। ਬਟ ਹੈਰਾਨੀ ਹੋਏਗੀ ਲੋਕਾਂ ਨੂੰ ਜਾਣ ਕੇ ਕਿ ਦੀਸ 4 ਮਿਨਿਸਟਰ ਵੈਂਟ ਅਗੇਂਸਟ ਦ ਵੈਰੀ ਅਪੁਆਇੰਟਮੈਂਟ ਆਫ ਦਿਸ ਲੋਕਪਾਲ ਇਨ ਦਾ ਹਾਈ ਕੋਰਟ ਜੀ, ਐਂਡ ਦੈਨ ਲੋਕਪਾਲ ਸਾਹਿਬ ਦੀ ਹੀ ਅਪੁਆਇੰਟਮੈਂਟ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਗਿਆ। ਅੱਛਾ, ਮਤਲਬ ਉਹ ਖਤਮ ਹੋ ਗਿਆ, ਹਾਈ ਕੋਰਟ ਨੇ ਸਟ੍ਰਾਈਕ ਡਾਊਨ ਕਰ ਦਿੱਤੀ, ਮਤਲਬ ਦਿਸ ਪਾਰਟਿਕੂਲਰ ਲੋਕਪਾਲ ਵਾਸ ਰਿਮੂਵਡ ਜੀ ਜੀ ਜੀ। ਮਤਲਬ ਇੱਕ ਐਲੀਗੇਸ਼ਨ ਇਹ ਹੈਗੀ ਸੀ ਉਹਨਾਂ ਵਿੱਚੋਂ ਕਿ ਇਹ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਦੇ ਡਿਸਟੈਂਟ ਰਿਲੇਟਿਵ ਹੈਗੇ ਨੇ, ਅੱਛਾ, ਸੋ ਇਸ ਕਰਕੇ ਫੇਅਰ ਜਜਮੈਂਟ ਨਹੀਂ ਹੋ ਸਕਦੀ ਹੈ ਕੁਝ ਜੀ, ਐਂਡ ਦੇ ਵਰ ਹੋਲ ਲੋਟ ਆਫ ਕੰਟੈਂਸ਼ਨਸ ਪੁੱਟ ਅਪ ਬਾਈ ਦੀਸ 4 ਮਿਨਿਸਟਰਸ ਜੀ, ਸੋ ਫਾਈਨਲੀ ਦਿਸ ਲੋਕਪਾਲ ਹੈਡ ਟੂ ਗੋ। ਔਰ ਹੁਣ ਜਿਹੜੇ ਲੋਕਪਾਲ ਹੈਗੇ ਨੇ, ਮਤਲਬ ਹੁਣ ਤੱਕ ਹੈਗੇ ਨੇ ਸ਼ਾਇਦ ਤਕਰੀਬਨ ਮੈਨੂੰ ਲੱਗਦਾ ਜੀ 4-5 ਲੋਕਪਾਲ ਆ ਚੁੱਕੇ ਹੈਗੇ ਨੇ ਇੱਥੇ, ਮੈਨੂੰ ਨਹੀਂ ਲੱਗਦਾ ਕੋਈ ਇੱਕ ਐਸਾ ਸਟਰੋਂਗ ਕੇਸ ਕਿਸੇ ਵੀ ਮੇਜਰ ਪੋਲੀਟੀਕਲ ਪਰਸਨੈਲਿਟੀ ਜਾਂ ਕਿਸੇ ਸੀਨੀਅਰ ਸਿਵਲ ਸਰਵੈਂਟ ਜਾਂ ਕਿਸੇ ਦੇ ਅਗੇਂਸਟ ਵੀ ਕੁਛ ਹੋਇਆ ਹੋਵੇ ਜਿਹੜੇ ਲੋਕਪਾਲ ਨੇ ਡਿਸਾਈਡ ਕੀਤਾ ਹੋਇਆ ਔਰ ਐਕਸ਼ਨ ਦਿੱਤਾ ਗਿਆ ਹੋਵੇ। ਅਕਾਲੀ ਗਵਰਨਮੈਂਟ ਇਸ ਕੰਸਰਨ, ਦਿਸ ਪਰਟੀਕੁਲਰ ਸੈਡ ਬੀਜੇਪੀ ਗਵਰਨਮੈਂਟ ਇਸ ਕੰਸਰਨ, ਜਦ ਸ਼ੁਰੂ ਹੋਇਆ ਸੀ ਲੋਕਪਾਲ ਵਾਲਾ ਹੁਣੇ ਸੈਕਿੰਡ ਐਪੀਸੋਡ ਜੀ, ਤੇ ਜਦ ਹੌਲੀ ਹੌਲੀ ਪ੍ਰੋਵਿਜ਼ਨਸ ਬਾਹਰ ਆਉਣੀਆਂ ਸ਼ੁਰੂ ਹੋਈਆਂ ਕਿ ਉਹਦੇ ਵਿੱਚ ਹੈ ਕੀ, ਤੇ ਬਾਦਲ ਸਾਹਿਬ ਨੇ ਬਹੁਤ ਕਲੀਅਰਲੀ ਇੱਕ ਬਿਆਨ ਦਿੱਤਾ ਹੈਗਾ ਸੀ ਕਿ ਜੋ ਪ੍ਰਾਈਮ ਮਿਨਿਸਟਰ ਆਫਿਸ ਹੈ ਉਸਨੂੰ ਲੋਕਪਾਲ ਦੇ ਅੰਦਰ ਨਹੀਂ ਹੋਣਾ ਚਾਹੀਦਾ। ਅੱਛਾ, ਮਤਲਬ ਇਟ ਵਾਸ ਸਟੈਂਡ ਅਗੇਂਸਟ ਹਿਸ ਓਨ ਅਲਾਇੰਸ ਪਾਰਟੀ ਬੀਜੇਪੀ ਸਟੈਂਡ, ਬਟ ਦੈਨ ਦੇ ਸੈਡ ਕਿ ਨੋ, ਐਸ ਪੋਲੀਟੀਕਲ ਪਾਰਟੀਜ਼ ਦੇ ਕੈਨ ਹੈਵ ਦੇਅਰ ਇੰਡੀਪੈਂਡੈਂਟ ਸਟੈਂਡ, ਉਹ ਨਹੀਂ ਚਾਹੁੰਦੇ ਵੀ ਪ੍ਰਾਈਮ ਮਿਨਿਸਟਰ ਦਾ ਆਫਿਸ ਆ ਉਹ ਲੋਕਪਾਲ ਦੇ ਅੰਡਰ ਹੋਣਾ ਚਾਹੀਦਾ ਹੈਗਾ। ਦੂਸਰਾ ਜਿਹੜੇ ਅਕਾਲੀ ਦਲ ਪ੍ਰੈਜ਼ੀਡੈਂਟ ਹੈਗੇ ਨੇ ਸੁਖਬੀਰ ਬਾਦਲ, ਉਹਨਾਂ ਤੋਂ ਜਦ ਇਹ ਸਵਾਲ ਪੁੱਛਿਆ ਗਿਆ ਤਾਂ ਉਹ ਕਹਿੰਦੇ ਨੇ ਜੀ ਲੋਕਪਾਲ ਇਜ਼ ਨੋਟ ਦ ਆਨਸਰ ਟੂ ਐਂਡ ਕਰਪਸ਼ਨ ਜੀ, ਸਾਡੀ ਗਵਰਨਮੈਂਟ ਜਿਹੜੀ ਹੈਗੀ ਆ ਰਾਈਟ ਟੂ ਸਰਵਿਸ ਐਕਟ ਲਿਆ ਰਹੀ ਹੈ ਉਹ ਕਰਪਸ਼ਨ ਨੂੰ ਖਤਮ ਕਰੇਗਾ ਜੀ, ਮਤਲਬ ਉਹ ਵੀ ਉਸ ਵੇਲੇ ਲੋਕਪਾਲ ਬਿੱਲ ਦੇ ਕੋਈ ਹਾਮੀ ਨਹੀਂ ਹੈਗੇ ਸਨ ਜੀ। ਜਿਸ ਵੇਲੇ ਜਨ ਸੈਲਾਬ ਉਭਰਿਆ ਫੋਰ ਅੰਨਾ ਸਪੋਰਟ, ਤੁਹਾਨੂੰ ਪਤਾ ਹੀ ਹੈ ਕੱਲ ਸਾਰੇ ਦੇ ਸਾਰੇ ਧਰਨੇ ਤੇ ਬੈਠ ਗਏ ਜਾ ਕੇ ਜੀ ਅਗੇਂਸਟ ਯੂਪੀਏ ਗਵਰਨਮੈਂਟ ਐਂਡ ਇਨ ਸਪੋਰਟ ਆਫ ਅੰਨਾ ਮੂਵਮੈਂਟ, ਆਈ ਡੋਂਟ ਨੋ ਇਹ ਜਿਹੜਾ ਕਿੰਨਾ ਕੁ ਕਨਵਿਕਸ਼ਨ ਦਿਖਾਉਂਦਾ ਹੈਗਾ ਜਾਂ ਕਿੰਨਾ ਕੁ ਮੋਰਲਿਸਟਿਕ ਸਟੈਂਡ ਦਿਖਾਉਂਦਾ ਹੈ ਅਕਾਲੀ ਦਲ ਦਾ, ਕਿ ਅਗਰ ਤੁਸੀਂ ਅੰਨਾ ਦੇ ਮੂਵਮੈਂਟ ਦੇ ਸਪੋਰਟ ਦੇ ਜਿਹੜੇ ਫਾਈਨ ਪੁਆਇੰਟਸ ਹੈਗੇ ਨੇ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਤੇ ਤੁਸੀਂ ਕਰਪਸ਼ਨ ਦੀ ਮੂਵਮੈਂਟ ਜਿਹੜੀ ਹੈਗੀ ਅੰਨਾ ਦੀ ਉਹਨੂੰ ਕਿਵੇਂ ਸਪੋਰਟ ਕਰਦੇ ਹੋ, ਵਟ ਇਜ਼
between your stand and that of UPA. UPA also says that we are against corruption. Congress is in a very peculiar position. It realizes that Congress at the center has bungled up the issue. उन्होंने में सांडल किया है और इलेक्शन आने वाली है कि यानी इस करके इतने कांग्रेस पार्टी की प्रॉब्लम हो सकती है. जी जी हाँ जी हाँ जी हेलो हेलो हाँ जी हाँ जी जी रमनिंदर जी एक चीज़ मैं जानना चाहवांगा कि जिस वेले जयप्रकाश नारायण सर्वोदय लीडर सन उन्हां दा भी इमेज बहुत साफ सुथरा सी और वाकई उन्हां दे उत्ते किसी ने कदी कोई दाग नहीं लगा सकिया उंगली नहीं चुक सकिया जदों उन्होंने पटने तो संपूर्ण क्रांति का नारा दिता हालां उन्हां दे उत्ते लाठियां भी वराइया गईयां और वह गिर भी गए और उसके बाद डायलिसिस ते भी रहे और उन्होंने जिहड़ी मूवमेंट चलाई उसका करप्शन तो दूर नहीं हुई अलबत्ता जिहड़े उन्होंने नाल तुरे सी उन्हां नूं राज भाग मिल गया गद्दियां मिल गईयां सारा कुछ हो गया ये जिहड़े राजनीतिक बंदे है भावें किसी भी पार्टी विच होण की तुहानूं लगता है कि ये सारे उही पुराना देख के हुण अन्ना दे उस बेड़ी विच सारे सवार होना चाहते हैं असी एक छोटा जिहा ब्रेक लैके उहदे बाद तुसीं इस नूं जयप्रकाश नारायण की मूवमेंट और हुण दी जिहड़ी अन्ना दा जिहड़ी मूवमेंट है इन्हां दोनों नूं किवें तुसीं देखदे हो एक छोटे जिहे वक्फे दे बाद. जस पंजाबी दे सूझवान दर्शकों का वक्फे दे बाद निघा स्वागत है. तारा सिंह कामल ने बहुत ही व्यंग भरी एक छोटी जी लाइन लिखी सी शाह मुहम्मदा भला मानस ना टिकट कोई लै जावे चंगी तरह ख्याल रखना जी शाह मुहम्मदा जिन्हां ने पाए खद्दर मज़ा तिना आज़ादी का चखना जी. जिस वेले जयप्रकाश नारायण जिहड़े कि बहुत ही गंभीर संजीदा लीडर सन उस वेले आम जनता विच जागृति भी सी और लोग आम लोग पूरे सिद्धांतक तौर दे उत्ते जयप्रकाश की उस मूवमेंट दे नाल जुड़ गए. अकालियां ने वो मूवमेंट हरिमंदर साहब तो शुरू की बीजेपी वालिया ने भी जनसंघ उस वेले सी इन्होंने भी हरिमंदर साहब विच शरण ली. ये सारे एक सिद्धांतक तौर पर कुरबानी के जज्बे नाल वो हुब्बल वतनी दे नाल जुड़े और पर उसके बाद फिर उही होया जिवें हुंदा है मज़ा तिना आज़ादी का चखना जी शाह मुहम्मदा जिन्हां ने पाए खद्दर मज़ा तिना आज़ादी का चखना जी. उही सिक्केबंद जिहड़े लीडर सन जिहड़े राजनीतिक लोग सन वो सारे दे सारे सत्ता ते काबज़ होए और आम लोगों की हालत विच कोई फर्क नहीं पिया. रमनिंदर जी तुसीं इह दसो वो जिहड़ी 1975 दी जयप्रकाश नारायण दी मूवमेंट सी और हुण दी अन्ना दी जिहड़ी हैगी है इहदे नाल आम लोग सिद्धांत नूं समझदे होए या पार्टियां उस सिद्धांत नूं समझदियां होईआं किन्नीआं क जुड़ीआं की दोनों दे विच तुहानूं कोई फर्क लगता है कि या बिल्कुल उसे टरे दे उत्ते चल रहा हैगा. लावा साहब
ਇਟਸ ਅ ਵੈਰੀ ਅਨਫੇਅਰ ਕੰਪੈਰੀਜ਼ਨ ਬਿਕੋਜ਼ ਬੇਸਿਕ ਡਿਫਰੈਂਸ ਇਸ ਕਿ ਜੈਪ੍ਰਕਾਸ਼ ਨਾਰਾਇਣ ਜੀ ਦੇ ਟਾਈਮ ਤੇ ਕੋਈ ਟੀਵੀ ਜਰਨਲਿਜ਼ਮ ਨਹੀਂ ਹੈਗਾ ਸੀ। ਡੂ ਯੂ ਰਿਕਾਲ ਐਨੀ ਬਿਗ ਇਮੇਜ, ਐਨੀ ਪ੍ਰੋਮੀਨੈਂਟ ਇਮੇਜ ਇਨ ਯੋਰ ਮਾਈਂਡ ਜਿਸ ਵੇਲੇ ਜੈਪ੍ਰਕਾਸ਼ ਨਾਰਾਇਣ ਜੀ ਦੀ ਮੂਵਮੈਂਟ ਦੀ, ਸਿਵਾਏ ਅਖਬਾਰ 'ਚ ਜਿਹੜੀਆਂ ਫੋਟੋਗ੍ਰਾਫ ਛਪੀਆਂ ਸਨ ਉਸ ਤੋਂ ਇਲਾਵਾ ਤੁਹਾਨੂੰ ਕੋਈ ਇਮੇਜ ਮੈਨੂੰ ਨਹੀਂ ਲੱਗਦਾ ਕਿਸੇ ਦੀ ਲਿਵਿੰਗ ਮੈਮਰੀ 'ਚ ਇਸ ਤਰ੍ਹਾਂ ਦੀ ਕੋਈ ਹੋਏਗੀ ਜਾਂ ਜਿਹੜੇ ਲੋਕ ਜਿਹਨਾਂ ਨੇ ਪਾਰਟੀਸਪੇਟ ਕੀਤਾ ਸੀ। ਅੱਜ ਦੀ ਮੂਵਮੈਂਟ ਨੂੰ ਦੇਖ ਕੇ ਮੈਨੂੰ ਇੱਕ ਡਰ ਲੱਗਦਾ ਹੈ ਕਿ ਸ਼ਾਇਦ ਟੀਵੀ ਇਜ਼ ਵਨ ਮੇਜਰ ਰੀਜ਼ਨ ਵਿਚ ਇਜ਼ ਬ੍ਰਿੰਗਿੰਗ ਆਊਟ ਪੀਪਲ ਫਰੋਮ ਦੇ ਹੋਮਸ ਮੇਕਿੰਗ ਦੈਮ ਸਿਟ। ਯਾ ਇੱਕ ਕਰਪਸ਼ਨ ਦਾ ਜ਼ਰੂਰ ਮੁੱਦਾ ਹੈ, ਹਰ ਇੱਕ ਕੋਈ ਚਾਹੁੰਦਾ ਹੈਗਾ ਵੀ ਕਰਪਸ਼ਨ ਖਤਮ ਹੋਏ। ਕਿੰਨੇ ਲੋਕ ਹੈਗੇ ਨੇ ਜਿਹੜੇ ਦਿਲ ਤੇ ਹੱਥ ਰੱਖ ਕੇ ਕਹਿਣ ਵੀ ਅਸੀਂ ਕੋਈ ਕੰਮ ਕਰਾਉਣ ਲਈ ਕਦੀ ਕੋਈ ਪੈਸਾ ਨਹੀਂ ਦੇਵਾਂਗੇ, ਜਾਂ ਜਿਹੜੇ ਆਊਟ ਆਫ ਟਰਨ ਜਾ ਕੇ ਆਪਣਾ ਕੰਮ ਨਹੀਂ ਕਰਾਉਣਾ ਚਾਹੁੰਦੇ। ਹਾਊ ਮੈਨੀ ਪੀਪਲ ਇਨ ਇੰਡੀਆ ਵਿਲਿੰਗ ਟੂ ਵੇਟ ਇਨ ਅ ਕਿਊ ਟੂ ਗੈਟ ਦੇਅਰ ਜੋਬ ਡਨ? ਜੀ ਜੀ, ਤਦ ਤੱਕ ਇਹ ਜਜ਼ਬਾ ਅੰਦਰ ਨਹੀਂ ਆਏਗਾ ਕਿ ਵੀ ਮਸਟ ਨਾਟ ਟੇਕ ਅਵੇ ਐਨੀਬਡੀ ਐਲਸ ਇਜ਼ ਰਾਈਟ। ਜੀ, ਤੁਸੀਂ ਆਈਡੈਂਟਿਸਟਿਕਲੀ ਇਸ ਮੂਮੈਂਟ ਨਾਲ ਜੁੜ ਹੀ ਨਹੀਂ ਸਕਦੇ ਹੈਗੇ ਹੋ। ਜੀ, ਯੂ ਕੈਨ ਸੀ, ਮਤਲਬ ਕਈ ਜਗ੍ਹਾ ਤੇ ਤੁਸੀਂ ਦੇਖਦੇ ਹੈਗੇ ਹੋ, ਮੈਂ ਕੱਲ ਜਾ ਰਹੀ ਸੀ ਚੰਡੀਗੜ੍ਹ ਦੇ ਇੱਕ ਚੌਂਕ 'ਚ, ਵੈਰੀ ਹੈਂਡਫੁਲ ਆਫ ਪੀਪਲ ਸਿਟਿੰਗ, 10-15 ਹੋਤੇ, ਅਗਲੇ ਚੌਂਕ ਤੇ 4 ਬੰਦੇ ਸਨ, ਇੱਕ ਵੱਡਾ ਜਿਹਾ ਪੋਸਟਰ ਲਗਾ ਕੇ ਖੜੇ ਹੈਗੇ ਸਨ। ਕੁਛ ਲੋਕ ਸਿਰਫ ਟੀਵੀ ਗ੍ਰਾਫ ਵਾਸਤੇ ਦਿੰਦੇ ਹੈਗੇ ਨੇ, ਮਤਲਬ ਆਪਣੇ ਸਟੇਟਮੈਂਟ ਦੇ ਰਹੇ ਨੇ। ਆਈ ਡੋ ਕਨਸੀਡਰ ਜਿਹੜੀ ਓਲਡਰ ਜਨਰੇਸ਼ਨ ਬੈਠੀ ਹੈ ਉਹ ਤੋਂ ਬੜੀ ਮਤਲਬ ਇੱਕ ਦਰਦ ਦੇ ਨਾਲ ਆ ਕੇ ਬੈਠੀ ਹੈ। ਜਿਹੜੀ ਯੰਗਰ ਜਨਰੇਸ਼ਨ ਆਈ ਹੈ ਉਹ ਬੜੇ ਇੱਕ ਆਈਡੀਅਲਿਸਟਿਕ ਮਾਈਂਡ ਸੈਟ ਤੋਂ ਆਈ ਹੈ ਵੀ ਨਹੀਂ, ਅਸੀਂ ਇੰਡੀਆ ਨੂੰ ਇੱਦਾਂ ਨਹੀਂ ਬਣਨ ਦੇਣਾ ਹੈਗਾ। ਬਟ ਆਈ ਐਮ ਸੋਰੀ ਟੂ ਸੇ, ਕਾਫੀ ਲੋਕ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਸਿਰਫ ਆਪਣੀ ਸ਼ਕਲ ਉੱਥੇ ਦੇਖਣਾ ਚਾਹੁੰਦੇ ਹੈਗੇ ਨੇ ਟੀਵੀ ਦੇ ਉੱਪਰ ਵੀ। ਜੀ 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 ਜੀ, ਤੁਸੀਂ ਉਹਨਾਂ ਕੋਲੋਂ ਪੁੱਛੋ ਕਿ ਤੁਸੀਂ ਤੁਹਾਨੂੰ ਪਤਾ ਵੀ ਹੈ ਕਿ ਡਿਫਰੈਂਸ ਕੀ ਹੈ ਅੰਨਾ ਦੇ ਜਨ ਲੋਕਪਾਲ ਬਿੱਲ ਔਰ ਸਰਕਾਰ ਦੇ ਲੋਕਪਾਲ ਬਿੱਲ ਦਾ, ਤੇ ਡਰੌਪ ਲਾਈਨ। ਜੀ ਜੀ, ਸਟ੍ਰੈਟਜੀ ਕੀ ਵੀ ਹੈ, ਮੈਨੂੰ ਲੱਗਦਾ ਵੀ ਅਸੀਂ ਬਹੁਤ ਸ਼ੈਲੋ ਲੈਵਲ ਤੇ ਥਿੰਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਹੈ, ਅਸੀਂ ਡੀਪਲੀ ਜਾ ਕੇ ਨਹੀਂ ਮੁੜ ਰਹੇ, ਇਸ ਕਰਕੇ ਮੂਵਮੈਂਟ ਸਸਟੇਨ ਵੀ ਨਹੀਂ ਕਰਦੀਆਂ ਸ਼ਾਇਦ। ਇੱਕ ਵਜ੍ਹਾ ਇਹ ਹੈਗੀ ਹੈ, ਬਟ ਦੈਨ ਆਈ ਐਮ ਨੋਟ ਸੇਇੰਗ ਦੈਟ ਅੰਨਾ ਇਜ਼ ਨੋਟ ਅੰਨਾ ਹੈਜ਼ ਬਿਕਮ ਅ ਵੈਰੀ ਪੋਪੂਲਰ ਸਿੰਬਲ ਆਫ ਫਾਈਟ ਅਗੇਂਸਟ ਕਰਪਸ਼ਨ, ਐਂਡ ਆਈ ਓਨਲੀ ਹੋਪ ਕਿ ਉਸ ਐਗਜ਼ਾਮਪਲ ਨੂੰ ਦੇਖ ਕੇ ਲੋਕ ਸ਼ਾਇਦ ਹੋਰ ਜਾਣਨ ਦੀ ਇੱਛੁਕ ਹੋਣ ਔਰ ਦਿਲੋਂ ਆ ਕੇ ਜੁੜਨ, ਦੈਨ ਅ ਸੈਕਿੰਡ ਰੈਵੋਲੂਸ਼ਨ ਇਜ਼ ਪੋਸੀਬਲ ਇਨ ਇੰਡੀਆ। ਰਮਨਿੰਦਰ ਜੀ, ਇੱਕ ਚੀਜ਼ ਮੈਂ ਕਹਿਣੀ ਚਾਹਾਂਗਾ, ਜੋ ਕਿ ਤੁਸੀਂ ਇੱਕ ਬੜੇ ਹੀ ਬਰਾਡਰ ਪਰਸਪੈਕਟਿਵ ਵਿੱਚ ਲੈ ਕੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ, ਕਰਪਸ਼ਨ ਨੂੰ, ਬਰਾਈਬਰੀ ਨੂੰ, ਵੱਡੀ ਨੂੰ ਤੁਸੀਂ ਇਸ ਗੱਲ ਨੂੰ ਲੈ ਰਹੇ ਹੋ, ਮੈਂ ਇੱਕ ਬੜੇ ਤਰਾਤਲ, ਜ਼ਮੀਨੀ ਤਰਾਤਲ ਦੇ ਉੱਤੇ ਗੱਲ ਕਰਨੀ ਚਾਹਾਂਗਾ। ਇੱਕ ਛੋਟਾ ਜਿਹਾ ਹਵਾਲਾ ਹੈ, ਇੱਕ ਬੰਦਾ ਇੱਥੋਂ ਪੰਜਾਬ ਜਾਂਦਾ, ਉੱਥੇ ਅਥਾਰਟੀਜ਼ ਕੋਲੋਂ ਉਸਨੂੰ ਵਾਪਸ ਆਉਣ ਲਈ ਕਲੀਅਰੈਂਸ ਚਾਹੀਦੀ ਹੈ, ਉਹਦਾ ਪਾਸਪੋਰਟ ਜਮ੍ਹਾਂ ਹੈ, ਅਥਾਰਟੀਜ਼ ਦੇ ਕੋਲ ਡਿਸਕ੍ਰੀਸ਼ਨ ਹੈ ਕਿ ਉਹ 15 ਦਿਨ ਦੇ ਅੰਦਰ ਅੰਦਰ ਉਹਦੀ ਐਪਲੀਕੇਸ਼ਨ ਡਿਸਪੋਜ਼ਲ ਕਰਕੇ ਕਲੀਅਰੈਂਸ ਦੇ ਸਕਦੇ ਹੈ, ਪਰ ਉਸਦੀ 3 ਦਿਨ ਦੇ ਬਾਅਦ ਫਲਾਈਟ ਹੈ। ਹੁਣ ਅਗਰ ਉਹਦੇ ਅਫਸਰ ਕੋਲ 15 ਦਿਨ ਦਾ ਟਾਈਮ ਹੈ, ਇਹਦੇ ਕੋਲ 3 ਦਿਨ ਦਾ ਟਾਈਮ ਹੈ, ਅੱਜ ਇਹ ਬੰਦਾ ਚਾਹੁੰਦਾ ਹੋਇਆ ਵੀ ਕੀ ਆਪਣੀ ਇਮਾਨਦਾਰੀ ਕਾਇਮ ਰੱਖ ਸਕਦਾ? ਔਰ ਦੂਸਰੀ ਚੀਜ਼ ਜਿਹੜੀ ਕਿ ਇਤਨੀ ਗੰਭੀਰ, ਇੰਨੇ ਦੂਰ ਤੱਕ ਵੜ ਚੁੱਕੀ ਹੈ, ਕਿਸੇ ਨੇ ਬੜਾ ਕਟਾਕਸ਼ ਕੀਤਾ ਸੀ, ਇੱਕ ਮੰਗਤੇ ਨੂੰ ਪੁੱਛਿਆ ਸੀ ਕਿ ਤੈਨੂੰ ਇਹ ਮੰਗਣ ਦੀ ਆਦਤ ਕਿੱਥੋਂ ਪਈ, ਕਹਿੰਦਾ ਜੀ ਸਰਕਾਰੀ ਦਫ਼ਤਰਾਂ 'ਚੋਂ। ਸੋ ਇਹ ਜਿਹੜੀ ਡਿਸਕ੍ਰਿਸ਼ਨਰੀ ਪਾਵਰਸ ਸਿਸਟਮ ਦੇ ਵਿੱਚ ਹਰ ਐਕਟ ਦੇ ਵਿੱਚ ਦਿੱਤੀ ਹੋਈ ਹੈ, ਜੇ ਉਹ ਡਿਸਕ੍ਰਿਸ਼ਨਰੀ ਪਾਵਰਸ ਰਹਿਣਗੀਆਂ ਫਿਰ ਕਰਪਸ਼ਨ ਕਿੱਦਾਂ ਖਤਮ ਹੋ ਸਕੇਗੀ? That is why I'm saying that, jab main keh rahi hu ki logon nu dilo judna payega, log are either side of the government, matlab government ke log bhi hai gane aur aam aadmi bhi hai, ek connection dono side pe aayegi tahi change hoega na ji. Ji ji,
ਜੀ ਯੂ ਹੈਵ ਪੀਪਲ ਲਾਈਕ ਅਰਵਿੰਦ ਕੇਜਰੀਵਾਲ ਜਿਹੜੇ ਆਪਣੀ ਸਰਕਾਰੀ ਨੌਕਰੀ ਛੋੜ ਕੇ ਲੋਕਾਂ ਦੇ ਨਾਲ ਜੁੜੇ ਹੈਗੇ ਨੇ ਜੀ ਕਿਰਨ ਬੇਦੀ ਜਿਹਨੇ ਹੂ ਇਜ਼ ਨੋਨ ਫਾਰ ਹਰ ਅਪਰਾਈਟ ਸਟੈਂਡ ਥਰੂ ਆਲ ਦ ਗਵਰਨਮੈਂਟ ਸਰਵਿਸ ਨਾਲ ਆ ਕੇ ਜੁੜੀ ਹੋਈ ਹੈਗੀ ਹੈ ਹਾਂਜੀ ਲੋਕਾਂ ਨੂੰ ਤਾਂ ਇਹ ਸੋਚਣਾ ਵੀ ਅਸੀਂ ਕਿਉਂ ਨਹੀਂ ਕਰ ਸਕਦੇ ਮਾਈਂਡ ਸੈਟ ਹੈਜ਼ ਟੂ ਚੇਂਜ ਆਈ ਡੋਂਟ ਨੋ ਅੰਨਾ ਵੈਦਰ ਅੰਨਾ ਹੈਜ਼ ਅ ਪਾਰਟ ਟੂ ਚੇਂਜ ਦਿਸ ਮਾਈਂਡ ਸੈਟ ਔਰ ਨਾਟ ਜੀ ਜੀ ਪਰ ਜਿਵੇਂ ਹੁਣ ਸ਼ਾਂਤੀ ਭੂਸ਼ਣ ਔਰ ਪ੍ਰਸ਼ਾਂਤ ਭੂਸ਼ਣ ਵੀ ਇਹਨਾਂ ਦੇ ਨਾਲ ਜੁੜੇ ਹੈ ਉਹਨਾਂ ਦੇ ਉੱਤੇ ਵੀ ਉਂਗਲੀ ਜੀ ਬੇਦਾਗ ਚਿਹਰੇ ਬੇਦਾਗ ਦਾਮਨ ਲੈ ਕੇ ਆਣਗੇ ਅੱਗੇ ਨਹੀਂ ਚੱਲਣਗੀਆਂ ਨਾ ਜੀ 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 ਅਖੀਰ ਵਿੱਚ ਮੈਂ ਇੱਕ ਜੋ ਕਿ ਬਹੁਤ ਹੀ ਪੰਜਾਬ ਦੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ ਸੀਨੀਅਰ ਪੱਤਰਕਾਰ ਸਨ ਸਟੇਟਸਮੈਨ ਦੇ ਡੀ ਪੀ ਕੁਮਾਰ ਉਹਨਾਂ ਨੇ ਮਾਸਟਰ ਤਾਰਾ ਸਿੰਘ ਜੀ ਦਾ ਜਿਹੜਾ ਇੰਟਰਵਿਊ ਅਖੀਰਲਾ ਲਿਆ ਸੀ ਉਹਨਾਂ ਦੀ ਚਲਾਣੇ ਤੋਂ ਇੱਕ ਦਿਨ ਪਹਿਲੇ ਦਾ ਉਹਦੇ ਵਿੱਚ ਉਹਨਾਂ ਨੇ ਇੱਕ ਭਵਿੱਖਬਾਣੀ ਕੀਤੀ ਸੀ ਅਗਰ ਉਸਦੇ ਵਿੱਚ ਹੁਣ ਅਸੀਂ ਲਫ਼ਜ਼ ਕਾਂਗਰਸ ਨੂੰ ਰਾਜਨੀਤਿਕ ਸਿਸਟਮ ਦੇ ਨਾਲ ਅਗਰ ਲਫ਼ਜ਼ ਕਹਿ ਲਈਏ ਉਹਨਾਂ ਨੇ ਆਪਣੀ ਅਖੀਰਲੀ ਜਿਹੜੀ ਇੰਟਰਵਿਊ ਸੀ ਮੌਤ ਤੋਂ ਇੱਕ ਦਿਨ ਪਹਿਲੇ ਕਿਹਾ ਸੀ ਕਿ ਮੈਂ ਭਵਿੱਖਬਾਣੀ ਕਰਦਾ ਕਰਪਸ਼ਨ ਵਿਲ ਬੀ ਦੀ ਰੂਟ ਕੌਜ਼ ਆਫ ਡੈਥ ਆਫ ਕਾਂਗਰਸ ਪਾਰਟੀ ਇਨ ਇੰਡੀਆ ਤੁਹਾਨੂੰ ਇਹ ਕਿਤਨਾ ਕੁ ਲੱਗਦਾ ਹੈ ਕਿ ਉਹ ਸੱਚਾਈ ਦੇ ਜਾਂ ਉਸ ਤੱਥਾਂ ਦੇ ਕਿਤਨਾ ਕੁ ਨੇੜੇ ਹੈ ਉਹਨਾਂ ਦੇ ਇਹ ਇੱਕ ਆਪਣਾ ਅੰਦਾਜ਼ਾ ਅੱਜ ਦੀ ਡੇਟ ਵਿੱਚ ਜੀ ਕਾਂਗਰਸ ਵਰਡ ਕੈਨ ਯੂ ਰਿਪਲੇਸ ਬਾਈ ਮੋਸਟ ਆਫ ਪੋਲੀਟੀਕਲ ਪਾਰਟੀ ਕੋਈ ਸੇਮ ਮੈਂ ਪਹਿਲੇ ਹੀ ਕਹਿ ਰਿਹਾ ਸਿਸਟਮ ਪੂਰਾ ਸਿਸਟਮ ਜਿਹੜਾ ਇਹ ਪੋਲੀਟੀਕਲ ਸਿਸਟਮ ਦੀ ਡੈਥ ਦਾ ਕਾਰਨ ਬਣੇਗਾ ਇਹ ਕਿੱਥੇ ਤੱਕ ਸਹੀ ਹੈ ਮੈਨੂੰ ਸਰ ਮੈਂ ਜੋ ਦੇਖ ਰਹੀ ਹੈਗੀ ਆ ਮਾਈ ਲਿਵਿੰਗ ਮੈਮਰੀ ਚ ਮਤਲਬ ਜਿੰਨਾ ਕੁ ਮੈਂ ਪਿੱਛੇ ਜਾ ਸਕਦੀ ਹਾਂ ਪੰਜਾਬ ਚ ਸਿਰਫ ਇੱਕ ਕੇਸ ਪ੍ਰਤਾਪ ਸਿੰਘ ਕਹਿਰਾ ਜੀ ਮਾਮਲੇ ਚ ਇੰਡਿਕਟਮੈਂਟ ਹੋਈ ਐਂਡ ਅ ਸਿਟਿੰਗ ਸੀਐਮ ਹੈਡ ਟੂ ਰਿਜ਼ਾਈਨ ਜੀ ਸੰਗਾਨੀ ਕਮਿਸ਼ਨ ਆਇਆ ਸੀ ਤੁਸੀਂ ਗੱਲ ਕੀਤੀ ਸੀ ਉਹਨੇ ਹਵਾਲੇ ਦਿੱਤਾ ਜੀ ਡੂ ਯੂ ਰਿਮੈਂਬਰ ਜਾਂ ਕਿਸੇ ਨੂੰ ਵੀ ਯਾਦ ਹੈ ਸੰਗਾਨੀ ਕਮਿਸ਼ਨ ਦੀ ਰਿਕਮੈਂਡੇਸ਼ਨਸ ਕੀ ਹੈਗੀ ਹੈ ਸਰ ਉਹਨਾਂ ਤੇ ਐਕਸ਼ਨ ਹੋਇਆ ਜੀ ਕੁਛ ਲੋਕ ਕਹਿੰਦੇ ਨੇ ਡਾਈਟ ਕਰ ਦਿੱਤਾ ਸੀ ਜੀ ਪਰ ਉੱਤੇ ਦੀ ਸੁਨਿਆ ਬਾਦਲ ਸਾਹਿਬ ਨੇ ਕੋਈ ਪਨਿਸ਼ਮੈਂਟ ਇਸ ਬਾਰੇ ਚ ਫੇਸ ਕੀਤੀ ਹੋਏ ਨੋ ਜੀ ਹੁਣ ਵੀ ਜੇ ਪਿਛਲੇ 10 ਸਾਲ ਚਲੇ ਜਾਈਏ ਤਾਂ ਇੱਕ ਦੂਸਰੇ ਉੱਪਰ ਲੰਚਨ ਲੱਗ ਰਹੇ ਨੇ ਆਰੋਪ ਲੱਗ ਰਹੇ ਨੇ ਕੇਸਿਸ ਜਾ ਰਹੇ ਨੇ ਕੋਰਟਸ ਦੇ ਵਿੱਚ ਗਵਾਹ ਮੁੱਕਰ ਰਹੇ ਨੇ ਲੋਕ ਬਰੀ ਹੋ ਰਹੇ ਹੈਗੇ ਨੇ ਔਰ ਉੱਥੇ ਦੇ ਉੱਥੇ ਖੜੇ ਨੇ ਸਾਰੇ ਜੀ ਜੀ ਮਤਲਬ ਇੱਕ ਦੂਸਰੇ ਉੱਪਰ ਤੋਹਮਤ ਲਗਾਈ ਜਾਂਦੀ ਹੈ 3500 ਕਰੋੜ ਰੁਪਏ ਦੀ ਇਲੀਗਲ ਜਿਹੜੀ ਸੰਪਤੀ ਹੈ ਉਹ ਜਮ੍ਹਾਂ ਕੀਤੀ ਹੋਈ ਹੈ ਦੂਸਰੇ ਪਾਸੇ ਘਰਾਂ ਦੇ ਨਾਪ ਲੈ ਲਿੱਤੇ ਜਾਂਦੇ ਹੈਗੇ ਨੇ ਔਰ ਅਲਟੀਮੇਟਲੀ ਕੀ ਨਿਕਲਦਾ ਹੈਗਾ ਹੈ ਇਸ ਸਾਰੇ ਦਾ ਲੋਕਾਂ ਦੇ ਉੱਪਰ ਕੀ ਇੰਪ੍ਰੈਸ਼ਨ ਪੈਂਦਾ ਹੈ ਪੋਲੀਟੀਕਲ ਲੀਡਰਸ ਐਂਡ ਪੋਲੀਟੀਕਲ ਪਾਰਟੀਜ਼ ਨੋ ਹਾਊ ਟੂ ਪ੍ਰੋਟੈਕਟ ਦੈਮਸੈਲਵਸ ਅਗੇਂਸਟ ਦਿਸ ਸਿਸਟਮ ਇਫ ਸਿਸਟਮ ਹੈਵ ਟੂ ਫੰਕਸ਼ਨ ਪ੍ਰੋਪਰਲੀ ਜੀ ਬਿਲਕੁਲ ਜੀ ਕਰਪਟ ਕਰ ਦੋ ਔਰ ਆਰਾਮ ਨਾਲ ਇੰਜੋਏ ਕਰੋ ਔਰ ਉਹ ਅਗੇਨ ਦੈਨ ਯੂ ਨੋ ਦ ਪ੍ਰੋਬਲਮ ਇਜ਼ ਹਾਊ ਆਰ ਵੀ ਚੂਜ਼ਿੰਗ ਆਰ ਲੀਡਰਸ ਜੀ ਆਰ ਵੀ ਚੂਜ਼ਿੰਗ ਆਰ ਲੀਡਰਸ ਕਰੈਕਟਲੀ ਜੀ ਇੱਕ ਪਾਸੇ ਕਰੋੜਾਂ ਰੁਪਏ ਦੇ ਕੀਮਤ ਦੇ ਹਾਰ ਜਿਹੜੇ ਹੈ ਉਹ ਰਾਜਨੀਤਿਕ ਲੀਡਰਾਂ ਨੂੰ ਪਾਏ ਜਾਂਦੇ ਹੈ ਔਰ ਦੂਜੇ ਪਾਸੇ ਗਰੀਬੀ ਦੀਆਂ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਂਦੀਆਂ ਮੈਨੂੰ ਯਾਦ ਆਉਂਦੀਆਂ ਉਹ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਦੀਆਂ ਦੋ ਲਾਈਨਾਂ ਬਹੁਤ ਹੀ ਦਰਦਨਾਕ ਉਸਨੇ ਲਿਖੀਆਂ ਸੀ ਕਿ ਉਹ ਕਹਿੰਦਾ ਸਵਾਨੋ ਕੋ ਮਿਲਤਾ ਦੂਧ ਵਸਤਰ ਭੂਖੇ ਬਾਲਕ ਚਿੱਲਾਤੇ ਹੈ ਸਵਾਨ ਕੁੱਤੇ ਨੂੰ ਕਿਹਾ ਜਾਂਦਾ ਸਵਾਨੋ ਕੋ ਮਿਲਤਾ ਦੂਧ ਵਸਤਰ ਭੂਖੇ ਬਾਲਕ ਚਿੱਲਾਤੇ ਹੈ ਮਾਂ ਕੀ ਹੱਡੀ ਸੇ ਠਿਠਕ ਚਿਪਕ ਜਾੜੇ ਕੀ ਰਾਤ ਬਿਤਾਤੇ ਹੈ ਨਾਰੀ ਕੀ ਲੱਜਾ ਵਿਅਸਨ ਵੇਚ ਜਬ ਵਿਆਜ ਚੁਕਾਏ ਜਾਤੇ ਹੈ ਮਾਲਿਕ ਤਬ ਤੈਲ ਫੁਲੈਲੋਂ ਪਰ ਪਾਨੀ ਸਾ ਦ੍ਰਵਯ ਬਹਾਤੇ ਹੈ ਕਿਧਰੇ ਐਸਾ ਤਾਂ ਨਹੀਂ
ਇਹ ਮੂਵਮੈਂਟ ਵੀ ਇੱਕ ਐਂਟਰਟੇਨਮੈਂਟ ਦਾ ਇੱਕ ਤਮਾਸ਼ਾ ਜਿਹਾ ਤੁਸੀਂ ਬਲੇਮ ਕੀਤਾ ਟੀ ਵੀ ਮੀਡੀਆ ਦੇ ਉੱਤੇ, ਬਲੇਮ ਵੀ ਹੈ ਔਰ ਸ਼ਾਇਦ ਇਸ ਸਾਰੇ ਮਸਲੇ ਨੂੰ ਉਜਾਗਰ ਕਰਨ ਦਾ ਇੱਕ ਸਾਧਨ ਵੀ ਹੈ, ਅਤੇ ਇਸ ਦੇ 'ਚੋਂ ਅਖੀਰ ਤੁਹਾਨੂੰ ਭਵਿਸ਼ ਕੀ ਨਜ਼ਰ ਆਉਂਦਾ ਤੁਹਾਡੇ ਅਖੀਰਲੇ ਕਮੈਂਟ ਇਹਦੇ 'ਤੇ? Sir, I sincerely hope there's a silver lining behind every dark cloud. Agar is moment mana rab na kare if it fizzle out ho jandi hai ji for whatever reason katto kat kitna kite eh lokan nu sochne ta la degi na ki corruption jehdi hegi hai it has to go. Theek hai, theek hai. It otherwise unna di survival jehdi hegi hai possible nahi hai. You cannot have a peaceful survival in this world. ਸਭ ਤੋਂ ਤਿੱਖਾ ਵਿਅੰਗਕਾਰ ਯੈਸਟਰਡੇ ਜਲੰਧਰ 'ਚ ਜਿਹੜਾ ਪ੍ਰੋਟੈਸਟ ਲੱਗਿਆ ਹੋਇਆ ਸੀ ਧਰਨਾ ਅਕਾਲੀ ਦਲ ਦਾ, ਉੱਥੇ ਬੜੀ ਇੰਟਰਸਟਿੰਗ ਜਿਹੀ ਸਿਚੁਏਸ਼ਨ ਹੋ ਗਈ. ਉੱਥੇ ਰੈਵਨਿਊ ਮਿਨਿਸਟਰ ਪਹਾੜ ਸਾਹਿਬ ਵੀ ਬੈਠੇ ਹੋਏ ਸਨ. ਕੌਣ ਜੀ? ਪਤਾ ਨਹੀਂ ਲੱਗਾ. ਰੈਵਨਿਊ ਮਿਨਿਸਟਰ, ਸਟੇਟ ਰੈਵਨਿਊ ਮਿਨਿਸਟਰ. ਅੱਛਾ ਅੱਛਾ. ਲੋਕਾਂ ਨੂੰ ਪਤਾ ਹੀ ਨਹੀਂ ਚੱਲਿਆ ਕਦ ਉਹਨਾਂ ਦੇ ਆਪਣੇ ਹੀ ਲੀਡਰ ਉੱਠ ਕੇ ਰੈਵਨਿਊ ਡਿਪਾਰਟਮੈਂਟ ਦੀ ਧੱਜੀਆਂ ਉਡਾਉਣ ਲੱਗ ਪਏ ਉਹਨਾਂ ਦੇ ਸਾਹਮਣੇ ਕਿ ਰੈਵਨਿਊ ਡਿਪਾਰਟਮੈਂਟ ਜਿਹਦੀ ਸਭ ਤੋਂ ਜ਼ਿਆਦਾ ਕਰਪਸ਼ਨ ਹੈ. ਹਾਂਜੀ ਹਾਂਜੀ. ਨਿਰਾਜ ਸੀ ਚੌਧਰੀ, ਬਹੁਤ ਤਿੱਖਾ ਵਿਅੰਗਕਾਰ ਸੀ ਔਰ ਉਸ ਚੋਕੇ ਬੰਗਾਲੀ ਸੀ, ਬੂਟ ਤੇ ਪਾਉਂਦਾ ਨਹੀਂ ਚੱਪਲ ਪਾਉਂਦਾ ਸੀ. ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ, ਟੂ ਦੀਸ ਪੋਲੀਟੀਸ਼ੀਅਨਸ ਆਈ ਵਾਂਟ ਟੂ ਗਿਵ ਦੈਮ ਸ਼ੂ ਬੀਟਿੰਗ ਵਿਦ ਮਾਈ ਚੱਪਲਸ. ਸੋ ਇਸ ਨੋਟ ਦੇ ਨਾਲ ਤੁਹਾਡਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ. ਸਤਿ ਸ਼੍ਰੀ ਅਕਾਲ. ਸੋ ਪਿਆਰੇ ਦਰਸ਼ਕੋ, ਇਹ ਸਨ ਰਮਨਿੰਦਰ ਕੌਰ ਪਾਟੀਆ, ਟਾਈਮਸ ਆਫ ਇੰਡੀਆ ਦੇ ਸੀਨੀਅਰ ਪੱਤਰਕਾਰ, ਜਿਨ੍ਹਾਂ ਨੇ ਪੰਜਾਬ ਔਰ ਇਹ ਅੰਨਾ ਮੂਵਮੈਂਟ ਦੇ ਨਾਲ ਕੀ ਤਲਕ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ. ਸਮਾਂ ਹੈ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਦੇ ਉੱਤੇ. ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ. ਹੈਲੋ, ਹਾਂਜੀ ਜੀ, ਬੋਲ ਰਹੇ ਜੀ, ਕੌਣ ਬੋਲ ਰਹੇ ਜੀ? ਹਾਂਜੀ, ਮੈਂ ਗੁਰਵਚਨ ਸਿੰਘ ਬੋਲ ਰਿਹਾ ਵਾਂ ਜੀ. ਕਿੱਥੋਂ ਵੀਰ ਜੀ? ਨਿਊਜਰਸੀ ਤੋਂ. ਹਾਂਜੀ ਜੀ. ਤੇ ਮੈਂ ਤਕਰੀਬਨ 10 ਸਾਲ ਪਹਿਲਾਂ ਤਾਂ ਜਰਨਲਿਜ਼ਮ ਨਾਲ ਕਾਫੀ ਜੁੜਿਆ ਰਿਹਾ. ਅੱਛਾ. ਬੜਾ ਐਕਸਪੀਰੀਅੰਸ ਹੋਇਆ ਮੇਰਾ ਕਿ ਅੱਜ ਕੱਲ੍ਹ ਦੇ ਜਰਨਲਿਜ਼ਮ ਦੇ ਵਿੱਚ ਬੰਦੇ ਇੰਨੇ ਹਲਕੇ ਆ ਗਏ ਆ ਵਿੱਚ ਜੀ, ਕਾਫੀ ਜੀ, ਜਿਹੜੇ ਕਿ ਐਕਸਪਲੋਇਟੇਸ਼ਨ ਸੈਂਸੇਸ਼ਨਲ ਨਿਊਜ਼ ਬਣਾਉਣ ਵਿੱਚ ਬਹੁਤ ਸ਼ੌਕ ਰੱਖਦੇ ਹੈਗੇ ਆ, ਉਹਨਾਂ ਨੂੰ ਜ਼ਮੀਨੀ ਖਬਰ ਦੇਣ ਦੀ ਕੋਈ ਇੰਟਰਸਟ ਨਹੀਂ ਹੁੰਦਾ ਜੀ, ਔਰ ਉਹ ਸਗੋਂ ਇਹੋ ਜਿਹੇ ਤਮਾਸ਼ਬੀਨਾਂ ਨੂੰ ਜ਼ਿਆਦਾ ਉਭਾਰ ਦਿੰਦੇ ਹੈਗੇ ਆ ਕਿ ਜਿਹੜਾ ਸਿਰਫ ਤਮਾਸ਼ਾ ਕਰਨ ਵਾਸਤੇ ਆਏ ਆ. ਅੰਨਾ ਹਿਮਸੈਲਫ ਜਿਹੜਾ ਬੰਦਾ ਬਹੁਤ ਜੈਨੂਇਨ ਬੰਦਾ ਹੈ ਜੀ ਜੀ ਜੀ, ਲੇਕਿਨ ਅੰਨਾ ਦੇ ਨਾਲ ਕਿੰਨੇ ਕੁ ਬੰਦੇ ਜੈਨੂਇਨ ਹੈਗੇ ਆ ਇਹ ਤੁਸੀਂ ਦੇਖ ਸਕਦੇ ਹੋ ਰੋਜ਼ਾਨਾ, ਜਿੰਨਾ ਇਹ ਹਜ਼ਾਰਾਂ ਔਰ ਲੱਖਾਂ ਬੰਦਾ ਇਕੱਠਾ ਹੋ ਰਿਹਾ ਹੈ.
ਕੌਣ ਹੈ ਬੰਦੇ? ਇਹ ਉਹੀ ਬੰਦੇ ਹੈਗੇ ਹੈ ਜਿਨ੍ਹਾਂ ਨੇ ਜਦੋਂ ਇਹਨਾਂ ਦੇ ਰਾਜ ਆਏ ਉਦੋਂ ਇਹਨਾਂ ਨੇ ਰੱਜ ਕੇ ਕਰਪਸ਼ਨ ਕੀਤੀ। ਸੋ ਮਤਲਬ ਮੇਨ ਜੜ ਜਿਹੜੀ ਹੈਗੀ ਕਰਪਸ਼ਨ ਦੀ ਪੋਲੀਟੀਕਲ ਸਿਸਟਮ ਦੇ ਵਿੱਚ ਹੈ ਜੀ, ਨਾ ਕਾਂਗਰਸ ਵਿੱਚ ਹੈ, ਨਾ ਜਨਸੰਘਿਆ ਵਿੱਚ ਹੈ, ਨਾ ਅਕਾਲੀਆਂ ਵਿੱਚ ਹੈ, ਇਹ ਪੋਲੀਟੀਕਲ ਸਿਸਟਮ ਦੇ ਵਿੱਚ ਹੈ। ਜਿਹੜਾ ਗੱਦੀ ਲਿਆ ਕੇ ਬਹਿ ਜਾਂਦਾ ਉਹ ਪਹਿਲਾਂ ਇਹ ਦੱਸੋ ਜੀ ਕਰੋੜਾਂ ਰੁਪਇਆ ਲਾ ਕੇ ਖਰਚ ਕਰਕੇ ਉਹ ਸੀਟਾਂ ਜਿੱਤਦੇ ਹੈਗੇ ਹੈ ਉਹ ਕਿਸ ਵਾਸਤੇ ਜਾਂਦੇ ਆ ਜੀ? ਪਬਲਿਕ ਉਦੋਂ ਸੋਚੇ ਕਿ ਅਸੀਂ ਕਿਉਂ ਇਹਨਾਂ ਲੋਕਾਂ ਨੂੰ ਵੋਟ ਪਾ ਰਹੇ ਹਾਂ। ਮੈਨੂੰ ਇਹ ਦੱਸੋ ਮਨਮੋਹਨ ਸਿੰਘ ਤੋਂ ਆਨੈਸਟ ਬੰਦਾ ਹੋਰ ਕੋਈ ਨਹੀਂ ਮਿਲਣਾ। ਬਿਲਕੁਲ, ਮਨਮੋਹਨ ਸਿੰਘ ਦੋ ਵਾਰੀ ਇਲੈਕਸ਼ਨ ਲੜਿਆ, ਦੋਨੋਂ ਵਾਰੀ ਹਾਰ ਗਿਆ ਜੀ। ਫਿਰ ਬਲੇਮ ਕਿਸੇ ਦੇ? ਬਲੇਮ ਪਬਲਿਕ ਦੇ ਦੇਣਾ ਚਾਹੀਦਾ ਹੈਗਾ ਕਿ ਪਾਰਟੀ ਦੇ ਦੇਣਾ ਚਾਹੀਦਾ? ਆਨੈਸਟ ਬੰਦਿਆਂ ਨੂੰ ਪਬਲਿਕ ਪਹਿਲਾਂ ਵੋਟ ਨਹੀਂ ਪਾਉਂਦੀ ਜੀ। ਅੱਜ ਮੈਂ ਦਾਅਵੇ ਨਾਲ ਕਹਿ ਸਕਦਾ ਹੈਗਾ ਉਹ ਜਿਹੜੀ ਪੁਲਿਸ ਕਮਿਸ਼ਨਰ ਹੈਗੀ ਹੈ ਬੇਦੀ, ਆਪਣਾ ਕਿਰਨ ਬੇਦੀ ਸਮਥਿੰਗ ਜੀ, ਹਾਂ, ਅਗਰ ਅੱਜ ਉਹ ਇਲੈਕਸ਼ਨ ਖੜੀ ਹੋ ਜਾਏ ਮੇਰੇ ਖਿਆਲ ਉਹਦੀ ਜ਼ਮਾਨਤ ਵੀ ਜ਼ਬਤ ਹੋ ਜਾਏਗੀ। ਠੀਕ ਹੈ, ਕਿਸੇ ਨੇ ਵੋਟ ਨਹੀਂ ਪਾਉਣੀ। ਠੀਕ, ਸੋ ਸਿਸਟਮ ਜਿਹੜਾ ਹੈ ਮੇਨ ਪਹਿਲਾਂ ਪਬਲਿਕ ਜਿਹੜੀ ਆ ਜਦ ਤੱਕ ਇੱਥੇ ਸੁਧਾਰ ਨਹੀਂ ਹੁੰਦਾ ਹੈਗਾ ਪੋਲੀਟੀਕਲ ਪਾਰਟੀਆਂ ਦੇ ਆਰ ਹੈਲਪਲੈਸ। ਐਕਸਪਲੋਇਟ ਕਰਨ ਵਾਸਤੇ ਕਦੇ ਇੱਕ ਆ ਰਹੀ ਹੈ, ਕਦੇ ਦੂਜੀ ਆ ਰਹੀ, ਅੱਜ ਕਾਂਗਰਸ ਜਾਏਗੀ, ਕੱਲ ਨੂੰ ਜਨਸੰਘੀ ਆਏ, ਜਨਸੰਘੀ ਗਏ, ਕਾਂਗਰਸ ਆ ਗਈ। ਬਿਲਕੁਲ, ਲੋਕਾਂ ਨੇ ਸਿਰਫ ਆਪਣੇ ਆਪਣੇ ਝੋਲੇ ਭਰੇ ਹੋਏ ਆ। ਪਹਿਲਾਂ ਪੋਲੀਟੀਕਲ ਜਿੰਨੇ ਹੈਗੇ ਆ ਪੋਲੀਟੀਕਲ ਪਾਰਟੀ ਦੇ ਲੀਡਰ, ਪਹਿਲਾਂ ਇਹਨਾਂ ਦੀ ਪਹਿਲਾਂ ਪ੍ਰਾਪਰਟੀ ਜ਼ਰਾ ਚੈੱਕ ਕਰਕੇ ਦੇਖੋ, ਕਰੋੜਾਂ ਰੁਪਇਆ ਇਹਨਾਂ ਲੋਕਾਂ ਨੇ ਇਕੱਠਾ ਕੀਤਾ ਹੈ, ਕਿੱਥੋਂ ਇਕੱਠਾ ਕੀਤਾ? ਠੀਕ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਵਾਕਈ ਸਹੀ ਹੋ। ਜਿਵੇਂ ਪੀਲੂ ਮੋਦੀ ਕਹਿੰਦਾ ਸੀ, ਆਈ ਹੈਵ ਸੋ ਮੈਨੀ ਐਡਮਾਇਰਰਸ ਬਟ ਨੋ ਫੋਲੋਅਰਸ। ਸੋ ਇਹ ਸਿਸਟਮ ਦਾ ਦੋਸ਼ ਹੈ। ਉਹੀ ਗੱਲ ਅੱਜ ਰਮਨਿੰਦਰ ਕੌਰ ਵੀ ਦੱਸ ਰਹੇ ਸੀ, ਔਰ ਇਹੀ ਸ਼ਾਇਦ ਕੰਸੈਂਸਸ ਇਹੀ ਬਣਦੀ ਹੈ। ਬਹੁਤ ਬਹੁਤ ਧੰਨਵਾਦ। ਹੈਲੋ, ਥੈਂਕ ਯੂ ਲਾਂਬਾ ਜੀ, ਮੈਂ ਬਰਿੰਦਰ ਆਲੂਵਾਲੀਆ ਬੋਲ ਰਿਹਾ। ਜੀ ਜੀ, ਆਲੂਵਾਲੀ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਜਿਹੜਾ ਪਹਿਲੇ ਫਰਮਾਇਆ ਸੀਗਾ ਜੀ ਕਿ ਚੈਟਰਜੀ, ਮੁਖਰਜੀ ਔਰ ਬੈਨਰਜੀ ਨਾਂ ਬਦਲ ਲੈਂਦੇ ਨੇ ਜੀ, ਉਹ ਬਦਲਦੇ ਨਹੀਂ ਜੇ। ਇਹ ਬੰਗਾਲੀ ਦੇ ਵਿੱਚ ਚੈਟਰਜੀ ਨੂੰ ਚੱਟੋ ਪਾ ਦਿਆ ਹੈ, ਹਾਂਜੀ, ਮੁਖਰਜੀ ਨੂੰ ਮੁੱਖੋ ਪਾ ਦਿਆ ਹੈ ਜੀ, ਔਰ ਬੈਨਰਜੀ ਨੂੰ ਬੰਗੋ ਪਾ ਦਿਆ ਹੈ। ਇਹ ਬੜਾ, ਜਿਸਲੇ ਕਿਸੇ ਨੂੰ ਆਦਬ ਦੇ ਨਾਲ ਮੁਖਾਤਿਬ ਹੋਣਾ ਹੋਵੇ ਤੇ ਤਾਂ ਕਹਿੰਦੇ ਨੇ। ਬਿਲਕੁਲ ਬਿਲਕੁਲ, ਨਾਂ ਨਹੀਂ ਬਦਲਦੇ ਜੀ। ਹੁਣ ਆਈ ਅਸੀਂ ਕਰਪਸ਼ਨ ਦੇ ਉੱਤੇ ਜੀ। ਲੋਕਪਾਲ ਬਿੱਲ ਇਹ ਅੱਜ ਨਵਾਂ ਨਹੀਂ ਆਇਆ, ਇਹ 20 ਸਾਲਾਂ ਤੋਂ ਚੱਲ ਰਿਹਾ ਆ ਰਿਹਾ। ਹਾਂਜੀ, ਨਾ ਤਾਂ ਬੀਜੇਪੀ ਚ ਤੇ ਨਾ ਹੀ ਕਾਂਗਰਸ ਚ, ਨਾ ਕਿਸੇ ਪਾਰਟੀ ਚ ਇੰਨੀ ਤਾਕਤ ਹੈ ਕਿ ਇਹਨੂੰ ਅੱਗੇ ਲਿਆਇਆ ਜਾਏ। ਬਿਲਕੁਲ, ਸਵਾਲ ਇਹ ਹੈ ਕਿ ਬਿੱਲ ਪਾਸ ਕਰਨ ਦੇ ਨਾਮ ਹੁੰਦੇ ਨੇ, ਤਰੀਕੇ ਹੁੰਦੇ ਨੇ। ਪਾਰਲੀਮੈਂਟ ਜਿਹੜਾ ਝਗੜਾ ਕਾਂਗਰਸੀ ਲੀਡਰ ਨੂੰ ਮੈਂ ਸੁਣ ਰਿਹਾ, ਮੈਨੂੰ ਬੜੀ ਤਕਲੀਫ ਹੁੰਦੀ ਹੈ। ਉਹ ਕਹਿੰਦੇ ਨੇ ਪਾਰਲੀਮੈਂਟ ਸੁਪਰੀਮ, ਯੈਸ ਪਾਰਲੀਮੈਂਟ ਇਜ਼ ਸੁਪਰੀਮ ਜੀ, ਲੇਕਿਨ ਪਾਰਲੀਮੈਂਟ ਚ ਅਸੀਂ ਭੇਜਿਆ ਕਿਹਨਾਂ ਨੇ? ਲੋਕਾਂ ਨੇ ਭੇਜਿਆ ਨਾ ਜੀ ਜੀ ਜੀ। ਲੋਕਾਂ ਦੀ ਡਿਮਾਂਡ ਦੇ ਉੱਤੇ ਮੈਂਬਰ ਆਫ ਪਾਰਲੀਮੈਂਟ ਬਿੱਲ ਬਣਾਉਂਦਾ ਹੈ, ਲੋਕ ਸਭਾ ਚ ਪੇਸ਼ ਹੁੰਦਾ, ਉੱਥੇ ਨੰਬਰ ਲੱਗਦਾ, ਅਪਰੂਵਲ ਹੁੰਦੀ ਹੈ ਜੀ ਜੀ, ਫਿਰ ਉਹ ਲੋਕ ਸਭਾ ਚ ਜਾਂਦੇ, ਲੋਕ ਸਭਾ ਸਟੈਂਡਿੰਗ ਕਮੇਟੀ ਨੂੰ। ਬਿਲਕੁਲ ਬਿਲਕੁਲ, ਤੁਹਾਡਾ ਬਿਲਕੁਲ ਸਹੀ ਕਹਿਣਾ ਹੈਗਾ ਕਿ ਇਹ ਜੋ ਲੋਕਾਂ ਦੀ ਗੱਲ ਹੈ, ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਸੋ ਅਸੀਂ ਅਗਰ ਇਜਾਜ਼ਤ ਦਿਓ ਇੱਕ ਕਾਲ ਹੋਰ ਲੈ ਲਈਏ, ਅਗਰ ਸਮਾਂ ਬਹੁਤ ਥੋੜ੍ਹਾ ਹੈ। ਨਹੀਂ ਨਹੀਂ ਨਹੀਂ, ਸਵਾਲ ਹੈ ਸਿਰਫ ਸਮੇਂ ਦੀ, ਮੈਂ ਕਿਹਾ ਹੋਰ ਵੀ ਜਿੰਨੇ ਹੋਣ ਤੁਹਾਡਾ ਜੀ। ਹੈਲੋ, ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ ਲਾਂਬਾ ਸਾਹਿਬ, ਮੈਂ ਗੁਰਿੰਦਰ ਸਿੰਘ ਬੋਲ ਰਿਹਾ ਕੈਲੀਫੋਰਨੀਆ ਤੋਂ। ਜੀ 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 ਜੀ, ਹਾਂਜੀ ਹਾਂਜੀ, ਦੱਸੋ ਜੀ। ਹਾਂਜੀ ਲਾਂਬਾ ਸਾਹਿਬ, ਇਹ ਜਿਹੜਾ ਜਿਹੜੀ ਬੜੀ ਬਦਕਿਸਮਤੀ ਹੈ ਕਿ ਇਹੋ ਜਿਹਾ ਜਿਹੜਾ ਲਾਇਕ ਪ੍ਰਾਈਮ ਮਿਨਿਸਟਰ ਆ, ਇੰਡੀਆ ਨੂੰ ਦੁਬਾਰਾ ਨਹੀਂ ਮਿਲ ਸਕਦਾ, ਔਰ ਇੰਨਾ ਆਨੈਸਟ ਪ੍ਰਾਈਮ ਮਿਨਿਸਟਰ ਨਾ ਮਿਲਿਆ ਅਜੇ ਤੱਕ, ਨਾ ਮਿਲੇਗਾ ਅੱਗੇ, ਉਹ ਹੀ ਇਜ਼ ਸਪੋਟਲੈਸ। ਠੀਕ ਹੈ, ਲੇਕਿਨ ਇਹ ਜਿਹੜੇ
ਜਦੋਂ ਆਪਣੀ ਸੋਸਾਇਟੀ ਸਾਰੀ ਕਰਪਟ ਹੋਵੇ, ਕਰਪਸ਼ਨ ਕੌਣ ਕਰਦਾ ਹੈ? ਸੋਸਾਇਟੀ ਦੇ ਮੈਂਬਰ ਹੀ ਕਰਦੇ ਆ ਨਾ, ਠੀਕ ਹੈ? ਤੇ ਉਹਦਾ ਫਿਰ ਜਿਹੜੇ ਅੱਗੇ ਮੇਰੇ ਖਿਆਲ ਕਾਫੀ ਕਾਨੂੰਨ ਹੈਗੇ ਜਿਹਦੇ ਥਰੂ ਜਿਹੜੀ ਹੈ ਕਰਪਸ਼ਨ ਹੈ ਮਤਲਬ ਕਿ ਨੱਪੀ ਜਾ ਸਕਦੀ ਹੈ, ਲੇਕਿਨ ਉਹ ਇੰਪਲੀਮੈਂਟੇਸ਼ਨ ਨਹੀਂ ਹੈਗੀ ਉਹਨਾਂ ਕਾਨੂੰਨਾਂ ਦੀ, ਠੀਕ ਹੈ? ਤੇ ਇਸ ਕਰਕੇ ਜਿਹੜਾ ਸਿਰਫ ਹਾਈ ਪਿਆ ਜੇ ਅਗਰ ਕਾਨੂੰਨ ਬਣ ਵੀ ਜਾਏ ਲੋਕਪਾਲ ਦਾ ਤਾਂ ਕੁਛ ਨਹੀਂ ਹੋਣ ਲੱਗਾ, ਇਸ ਤਰ੍ਹਾਂ ਚੱਲਦਾ ਰਹਿਣਾ ਸਿਸਟਮ ਜੀ। ਠੀਕ ਹੈ, ਧੰਨਵਾਦ ਤੁਹਾਡਾ, ਸ਼ੁਕਰੀਆ। ਹੈਲੋ, ਲੋਕਪਾਲ ਔਰ ਜੋਕਪਾਲ ਕੈਨ ਨਾਟ ਵਰਕ ਅਨਲੈਸ ਦ ਪੀਪਲ ਧੰਨਵਾਦ। ਅਸੀਂ ਆਪਣੇ ਦਰਸ਼ਕਾਂ ਕੋਲੋਂ ਖਿਮਾ ਦੇ ਜਾਚਕ ਹਾਂ, ਜੇਕਰ ਪੂਰਾ ਸਮਾਂ ਨਹੀਂ ਦੇ ਸਕੇ, ਸਾਡੀ ਕੋਸ਼ਿਸ਼ ਜ਼ਰੂਰ ਸੀ ਪਰ ਚੋਕੇ ਇਧਰੋਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਕੋਸ਼ਿਸ਼ ਕਰਾਂਗੇ, ਇਸ ਜਿਵੇਂ ਤੁਹਾਡੇ ਵਿਚਾਰ ਹਨ ਬਹੁਤ ਕੀਮਤੀ ਹਨ, ਔਰ ਇਸ ਦੇ ਉੱਤੇ ਖੁੱਲ੍ਹਾ ਟਾਈਮ ਲੈ ਕੇ ਆਪ ਦੇ ਵਿਚਾਰਾਂ ਦੀ ਪੂਰੀ ਤਰਜਮਾਨੀ, ਉਸ ਦੀ ਸਾਨੂੰ ਜ਼ਰੂਰਤ ਵੀ ਹੈ, ਅਗਰ ਟਾਈਮ ਨਹੀਂ ਦੇ ਸਕੇ ਉਸ ਦੇ ਲਈ ਮਾਜ਼ਰਤ ਖਾਂ ਹਾਂ। ਬਹੁਤ ਬਹੁਤ ਧੰਨਵਾਦ। ਇੱਕ ਹੋਰ ਪ੍ਰੋਗਰਾਮ ਮੁੱਦਾ ਲੈ ਕੇ ਅਗਲੇ ਬੁੱਧਵਾਰ ਨੂੰ 8:30 ਵਜੇ ਈਸਟਰਨ ਟਾਈਮ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।